हाँ जी शुरू करते हैं। निरंजन तस्नीम, 1929 तो लैके 2019, 29 ਦੇ ਵਿੱਚ ਇੱਥੇ 9 ਹੈ ਬਈ, ਇੱਥੇ ਵੀ 9 ਹੈਗਾ ਹੈ, ਤਾਂ 29 ਔਰ 9 ਇਹ 90 ਸਾਲ ਦਾ ਬਣਦਾ ਹੈ। 1929 ਤੋਂ 2019 ਤੱਕ 9-9 ਆਇਆ ਹੈ, ਇਸ ਨਾਲ ਆਪਣੇ ਕੀ ਹੈ ਕਿ ਧਿਆਨ ਦੇ ਵਿੱਚ ਰਹਿ ਜਾਵੇਗਾ। ਪ੍ਰਯੋਗਵਾਦੀ ਯਥਾਰਥਵਾਦੀ ਨਾਵਲਕਾਰ ਹੈ, ਇਸ ਬਾਰੇ ਕਵਿਤਾ ਭਾਗ ਸਮਝਾਇਆ ਸੀ, ਉੱਤੇ ਤੁਸੀਂ ਦੇਖ ਸਕਦੇ ਹੋ। ਸੰਖੇਪ ਰੂਪ 'ਚ ਦੱਸ ਦੇਵਾਂ, ਨਵੇਂ ਨਵੇਂ ਪ੍ਰਯੋਗ ਕਰਨੇ ਔਰ ਪੁਰਾਣੇ ਬਿੰਬ ਵਗੈਰਾ ਹੈ, ਪ੍ਰਤੀਕ ਹੈ, ਉਹਨਾਂ ਦੀ ਵਰਤੋਂ ਨਹੀਂ ਕਰਨਾ, ਨਵੇਂ ਪ੍ਰਤੀਕ ਬਿੰਬ ਵਰਤੋਂ ਵਿੱਚ ਲਿਆਉਣੇ। ਹੋਰ ਵਿਸਥਾਰ ਬਾਰੇ ਜਾਣਨਾ ਹੈ ਤਾਂ ਕਵਿਤਾ ਪਾਗਲ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਹੁਣ ਨਾਵਲਾਂ ਦੀ ਗੱਲ ਕਰੀਏ ਤਾਂ ਜਿਹੜੇ ਨਾਵਲ ਨੇ, ਪਰਛਾਵੇਂ, ਰੇਤ ਛਲ, ਕਸਕ, ਹਨੇਰਾ ਹੋਣ ਤੱਕ, ਇੱਕ ਹੋਰ ਨਵਾਂ ਸਾਲ, ਗੁਆਚੇ ਅਰਥ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਬਈ, ਤੇੜਾਂ ਦੇ ਰੂਪ, ਜਦੋਂ ਸਵੇਰ ਹੋਈ, ਜੁਗਾ ਤੋਂ ਪਾਰ, ਅਜਨਬੀ ਲੋਕ, ਤਲਾਸ਼ ਕੋਈ ਸਦੀ ਦੀ। ਹੁਣ ਟ੍ਰਿਕ ਕੀ ਸੀ? ਟ੍ਰਿਕ ਆ ਸੀ, ਹਨੇਰਾ ਹੋਣ ਤੱਕ ਪਰਛਾਵੇਂ, ਪਰਛਾਵਾਂ ਜਿਹੜਾ ਹੈ ਹਨੇਰਾ ਹੋਣ ਤੱਕ ਰਹਿੰਦਾ, ਉਸ ਤੋਂ ਬਾਅਦ ਨਹੀਂ ਰਹਿੰਦਾ। ਹੋਰ ਨਵੇਂ ਸਾਲ ਦੀ ਸਵੇਰ 'ਚ ਤਰੇੜਾਂ, ਜਿਵੇਂ ਨਵਾਂ ਸਾਲ ਹੁੰਦਾ ਤੇ ਉੱਥੇ ਸਵੇਰੇ ਸਵੇਰੇ ਬਈ ਤਰੇੜਾਂ ਬਹੁਤ ਪੈਂਦੀਆਂ ਨਵੇਂ ਸਾਲ ਦੇ ਵਿੱਚ, ਕਿਉਂਕਿ ਸਰਦੀ ਦਾ ਮੌਸਮ ਹੁੰਦਾ, ਤਰੇੜਾਂ ਪੈਂਦੀਆਂ ਨੇ। ਅਤੇ ਜਿਹੜੇ ਅਜਨਬੀ ਗੁਆਚੇ ਲੋਕ ਹੈ, ਉਹਨਾਂ ਨੂੰ ਤਲਾਸ਼ਣ ਦੀ ਕਸਕ ਹੈ ਜਿਹੜੀ, ਉਹ ਸਦੀ ਵੀ ਰਹਿੰਦੀ ਹੈ ਬੰਦੇ ਦੇ ਮਨ ਦੇ ਅੰਦਰ। ਇਹ ਤਿੰਨ ਆਪਾਂ ਇਹਦੇ ਵਿੱਚ ਕੰਸੈਪਟ ਲਿੱਤੇ ਸੀ ਟ੍ਰਿਕ ਦੇ ਅੰਦਰ, ਬਈ ਹਨੇਰਾ ਹੋਣ ਤੱਕ ਪਰਛਾਵੇਂ, ਨਵੇਂ ਸਾਲ ਦੀ ਸਵੇਰ 'ਚ ਤਰੇੜਾਂ, ਅਤੇ ਜਿਹੜੇ ਅਜਨਬੀ ਗੁਆਚੇ ਲੋਕ ਹੈ, ਉਹਨਾਂ ਨੂੰ ਤਲਾਸ਼ਣ ਦੀ ਕਸ਼ਕ ਹੈ ਜਿਹੜੀ ਆਪਣੇ ਮਨ ਵਿੱਚ ਰਹਿੰਦੀ ਹੈ। ਹੁਣ ਆਪਾਂ ਕੀ ਕਰਦੇ ਹਾਂ ਕਿ ਇਸ ਟ੍ਰਿਕ ਦੇ ਵਿੱਚੋਂ ਆਪਾਂ ਕੱਢਦੇ ਹਾਂ ਬਈ ਜਿਹੜੇ ਜਿਹੜੇ ਆਪਣੇ ਨਾਵਲ ਹੈ, ਹਨੇਰਾ ਹੋਣ ਤੱਕ ਹੈ ਜਿਹੜਾ, ਆ ਹਨੇਰਾ ਹੋਣ ਤੱਕ ਨਾਵਲ ਹੈ ਬਈ, ਫਿਰ ਪਰਛਾਵੇਂ, ਤੇ ਆਪਣਾ ਆ ਗਿਆ ਪਰਛਾਵੇਂ ਨਾਵਲ, ਆ ਜਿਹੜਾ ਪਰਛਾਵੇਂ ਹੈ ਇੱਥੇ ਆ ਗਿਆ ਪਰਛਾਵੇਂ ਨਾਵਲ, ਹਨੇਰਾ ਹੋਣ ਤੱਕ ਪਰਛਾਵੇਂ, ਆਪਾਂ ਨੂੰ ਹਨੇਰਾ ਹੋਣ ਤੱਕ ਔਰ ਪਰਛਾਵੇਂ ਦੋ ਨਾਵਲ ਮਿਲ ਗਏ ਬਈ। ਨਵੇਂ ਸਾਲ ਦੀ ਸਵੇਰ ਤਾਂ ਕੀ ਹੈ ਕਿ ਇੱਕ ਤਾਂ ਇਹ ਹੋ ਗਿਆ ਬਈ ਜਦੋਂ ਸਵੇਰ ਹੋਈ, ਨਵੇਂ ਸਾਲ ਦੇ ਵਿੱਚ ਆਇਆ ਬਈ ਇੱਕ ਹੋਰ ਨਵਾਂ ਸਾਲ, ਆਹ ਨਵਾਂ ਸਾਲ ਹੈ, ਇੱਥੋਂ ਆਪਾਂ ਕਰ ਦੇਣਾ ਬਈ ਸਾਲ ਨਾਲ ਸਾਲ ਜੋੜ ਦੇਣਾ ਬਈ ਇੱਕ ਹੋਰ ਨਵਾਂ ਸਾਲ, ਔਰ ਫਿਰ ਸਵੇਰ, ਇੱਥੋਂ ਸਵੇਰ ਤੋਂ ਆ ਜਦੋਂ ਸਵੇਰ ਹੋਈ, ਇੱਥੋਂ ਆਪਾਂ ਨੂੰ ਇਸ ਨਾਵਲ ਦਾ ਨਾਮ ਆ ਗਿਆ ਤਰੇੜ। ਤਰੇੜਾਂ ਤੋਂ ਕੀ ਹੈ? ਤਰੇੜਾਂ ਦੇ ਰੂਪ ਆ ਰਿਹਾ ਬਈ, ਤਰੇੜਾਂ ਦੇ ਰੂਪ ਹੈ ਜੋ ਉਹ ਆ ਗਿਆ। ਅਤੇ ਅਜਨਬੀ ਲੋਕ ਆ ਰਹੇ, ਅਜਨਬੀ, ਔਰ ਇੱਥੇ ਵੀ ਅਜਨਬੀ ਹੈ ਬਈ, ਅਜਨਬੀ ਲੋਕ, ਆਹ ਜਿਹੜਾ ਨਾਵਲ ਹੈ ਉਹ ਤਲਾਸ਼ ਕੋਈ ਸਦੀ ਵੀ, ਇੱਥੇ ਕੀ ਆ ਗਿਆ ਤਲਾਸ਼ ਤੋਂ ਆਪਣੇ ਬਣ ਗਿਆ ਤਲਾਸ਼ ਕੋਈ ਸਦੀ ਵੀ। ਫਿਰ ਉਸ ਤੋਂ ਬਾਅਦ ਗੱਲ ਕਰੀਏ ਗੁਆਚੇ ਲੋਕਾਂ ਤੋਂ, ਗੁਆਚੇ ਅਰਥ, ਗੁਆਚੇ ਲੋਕਾਂ ਤੋਂ ਕੀ ਕਰਨਾ, ਗੁਆਚੇ ਅਰਥ ਔਰ ਲੋਕਾਂ ਤੋਂ ਇਹ ਆਪਣਾ ਆ ਹੀ ਗਿਆ ਅਜਨਬੀ ਲੋਕ। ਅਜਨਬੀ ਲੋਕਾਂ ਤੋਂ ਆਪਾਂ ਨੂੰ ਪਤਾ ਲੱਗ ਗਿਆ ਅਜਨਬੀ ਲੋਕ ਹੋ ਗਏ, ਗੁਆਚੇ ਤੋਂ ਗੁਆਚੇ ਅਰਥ ਹੋ ਗਏ, ਤਲਾਸ਼ ਤੋਂ ਤਲਾਸ਼ ਕੋਈ ਸਦੀ ਵੀ ਹੋ ਗਈ, ਔਰ ਕਸਕ ਤੋਂ ਜਿਹੜਾ ਕਸਕ ਹੈ ਬਈ ਮਨ ਦੇ ਵਿੱਚ ਕਸਕ ਹੈ, ਉਹ ਜਿਹੜੀ ਆ ਕਸਕ ਹੈ, ਇਹ ਨਾਵਲ ਹੋ ਗਿਆ। ਤੇ ਹੁਣ ਆਪਾਂ ਇਸ ਟ੍ਰਿਕ ਰਾਹੀਂ ਹੈ ਜਿਹੜੇ ਸਾਰੇ ਨਾਵਲ ਆਪਾਂ ਸਮਝ ਲਾਂਗੇ, ਵਰਨਾ ਤੁਸੀਂ ਕੀ ਕਰਨਾ ਕਿ ਵੈਸੇ ਸਿੱਧੇ ਹੀ ਨਾਵਲ ਯਾਦ ਕਰ ਲਓ ਬਈ, ਭਾਵੇਂ ਸਿੱਧੇ ਨਾਵਲ ਯਾਦ ਕਰ ਲਓ, ਟ੍ਰਿਕ ਇਸ ਕਾਰਨ ਸਿਖਾਈ ਹੈ, ਜਿਹੜਾ ਟ੍ਰਿਕ ਯੂਜ ਕਰੂਗਾ ਟ੍ਰਿਕ ਯੂਜ ਕਰ ਲੂਗਾ, ਜਿਹੜਾ ਨਹੀਂ ਯੂਜ ਕਰੂਗਾ ਤੇ ਬਈਆ ਕੋਈ ਦਿੱਕਤ ਵਾਲੀ ਗੱਲ ਨਹੀਂ, ਸਿੱਧਾ ਯਾਦ ਕਰ ਲਵੇ। ਪਰੰਤੂ ਉਹਨੂੰ ਇੱਕ ਜਦੋਂ ਟ੍ਰਿਕ ਯੂਜ ਕਰੇਗਾ ਤਾਂ ਉਹਦੇ ਦਿਮਾਗ ਦੇ ਅੰਦਰ ਇੱਕ ਕਹਾਣੀ ਚੱਲੇਗੀ, ਹਨੇਰੇ ਵਾਲੀ ਕਹਾਣੀ, ਬਈ ਹਨੇਰਾ ਹੋਣ ਤੱਕ ਤਾਂ ਪਰਛਾਵੇਂ ਹੁੰਦੇ ਹੈ, ਔਰ ਜਦੋਂ ਨਵਾਂ ਸਾਲ ਹੁੰਦਾ, ਨਵੇਂ ਸਾਲ ਦੀ ਸਵੇਰ 'ਚ ਤਰੇੜਾਂ ਪੈਂਦੀਆਂ, ਹੋਰ ਅਜਨਬੀ ਲੋਕ ਹੈ ਜਿਹੜੇ ਅਜਨਬੀ ਗੁਆਚੇ ਲੋਕ ਹੈ ਜੀ, ਅਜਨਬੀ ਗੁਆਚੇ ਲੋਕ ਹੈ ਜਿਹੜੇ, ਉਹ ਅਜਨਬੀ ਹੋ ਜਾਂਦੇ ਆ, ਜਿਹੜੇ ਗੁਆਚੇ ਲੋਕ ਹੈ ਉਹਨਾਂ ਨੂੰ ਤਲਾਸ਼ਣ ਦੀ ਕਸਕ ਹੈ ਨਾ ਬੰਦੇ ਦੇ, ਤਾਂ ਉਮਰ ਰਹਿੰਦੀ ਹੈ। ਤੇ ਇਹਨਾਂ ਨਾਲ ਆਪਣੇ ਕੀ ਹੋ ਗਿਆ, ਹਨੇਰਾ ਹੋਣ ਤੱਕ ਹੋ ਗਿਆ, ਪਰਛਾਵੇਂ ਦਾ ਪਰਛਾਵੇਂ ਹੋ ਗਿਆ, ਨਵੇਂ ਸਾਲ ਤੋਂ ਆਪਣੇ ਨਵਾਂ ਸਾਲ ਹੋ ਗਿਆ ਬਈ, ਤੇ ਸਵੇਰ ਤੋਂ ਸਵੇਰ ਬਈ ਜਦੋਂ ਸਵੇਰ ਹੋਈ, ਔਰ ਫਿਰ ਤਰੇੜਾਂ ਦੇ ਰੂਪ, ਅਜਨਬੀ ਲੋਕ ਆ ਗਿਆ, ਗੁਆਚੇ ਤੋਂ ਗੁਆਚੇ ਅਰਥ ਆ ਗਿਆ, ਤਲਾਸ਼ਣ ਤੋਂ ਤਲਾਸ਼ ਕੋਈ ਸਦੀ ਵੀ, ਤੇ ਕਸਕ ਤੋਂ ਕਸਕ ਆ ਗਿਆ ਬਈ। ਇਸ ਤਰੀਕੇ ਨਾਲ ਇਹ ਨਾਵਲ ਹੈ ਆਪਾਂ ਨੂੰ ਯਾਦ ਹੋ ਗਏ। ਹੁਣ ਉਸ ਤੋਂ ਬਾਅਦ ਇੱਕ ਇੱਕ ਨਾਵਲ ਦੇ ਉੱਤੇ ਆਪਾਂ ਚਰਚਾ ਕਰਾਂਗੇ, ਪਰੰਤੂ ਉਸ ਤੋਂ ਪਹਿਲਾਂ ਇਹਦੇ ਉੱਤੇ ਇਹਦੇ ਕਹਾਣੀ ਸੰਗ੍ਰਹਿ, ਇਹਦੇ ਪ੍ਰਭਾਵ ਹੈ ਜਿਹੜੇ ਉਹ ਦੇਖ ਲਈਏ, ਇਹਦੇ ਉੱਤੇ ਪ੍ਰਭਾਵ ਕਿਹਦਾ, ਇਹਦੇ ਉੱਤੇ ਪ੍ਰਭਾਵ ਹੈ ਪੂਰਨ ਸਿੰਘ ਦਾ ਤੇ ਮਹਿੰਦਰ ਸਿੰਘ ਕੇਸਰ ਦਾ।
ਮਹਿੰਦਰ ਸਿੰਘ ਕੇਸਰ ਤੇ ਪੂਰਨ ਸਿੰਘ ਇਹਨਾਂ ਦੇ ਉੱਤੇ ਇਸ ਸ਼ਖਸੀਅਤਾਂ ਦਾ ਪ੍ਰਭਾਵ ਪਿਆ। ਜਿਹੜਾ ਪੂਰਨ ਸਿੰਘ ਸੀ ਇਹਦਾ ਤਾਇਆ ਸੀ ਬਾਈ, ਔਰ ਮਹਿੰਦਰ ਸਿੰਘ ਕੇਸਰ ਸੀ ਇਹਦਾ ਚਾਚਾ ਸੀਗਾ। ਤਾਂ ਆਪਣੇ ਘਰੇਲੂ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਦਾ ਪ੍ਰਭਾਵ ਹੈ ਉਹ ਨਿਰੰਜਨ ਤਸਨੀਮ ਦੇ ਉੱਤੇ ਪਿਆ। ਸ਼ੁਰੂ ਸ਼ੁਰੂ ਵਿੱਚ ਇਹਨੇ ਕੀ ਕੀਤਾ ਸੀ ਕਿ ਉਰਦੂ ਵਿੱਚ ਕੁਝ ਕਹਾਣੀਆਂ ਲਿਖੀਆਂ, ਲੇਖ ਲਿਖੇ, ਨਾਵਲ ਲਿਖੇ। ਪਰ ਜਲਦ ਹੀ ਨੌਕਰੀ ਦੌਰਾਨ ਸ਼ਿਮਲੇ ਵਿੱਚ ਈਸ਼ਵਰ ਚਿੱਤਰਕਾਰ ਨਾਲ ਮੁਲਾਕਾਤ ਹੋਈ, ਔਰ ਫਿਰ ਇਹਦਾ ਰੁਝਾਨ ਹੈ ਜੋ ਉਰਦੂ ਤੋਂ ਪੰਜਾਬੀ ਸਾਹਿਤ ਵੱਲ ਨੂੰ ਚਲਾ ਗਿਆ। ਨਿਰੰਜਨ ਤਸਨੀਮ ਵੱਡਾ ਲਿਖਾਰੀ ਹੈ ਬਈ, ਉਰਦੂ ਦੇ ਵਿੱਚ ਵੀ ਇਹਦਾ ਨਾਮ ਹੈਗਾ। ਪਰੰਤੂ ਜਦੋਂ ਈਸ਼ਵਰ ਚਿੱਤਰਕਾਰ ਨਾਲ ਮਿਲਿਆ, ਜਦੋਂ ਈਸ਼ਵਰ ਚਿੱਤਰਕਾਰ ਨਾਲ ਮਿਲਿਆ ਫਿਰ ਇਹਨੇ ਮੂਵ ਕਰਤਾ, ਪੰਜਾਬੀ ਨਾਵਲ ਲਿਖਣੇ ਇਹਨੇ ਚਾਲੂ ਕਰਤੇ ਬਈ। ਇੱਥੇ ਪ੍ਰਭਾਵ ਦੇ ਅੰਦਰ ਆਪਾਂ ਪੂਰਨ ਸਿੰਘ, ਮਹਿੰਦਰ ਸਿੰਘ ਦੇ ਅੱਗੇ ਇੱਕ ਹੋਰ ਨਾਮ ਲਿਖ ਦਿੰਦੇ ਹਾਂ, ਈਸ਼ਵਰ ਚਿੱਤਰਕਾਰ। ਈਸ਼ਵਰ ਚਿੱਤਰਕਾਰ ਵੀ ਲਿਖ ਦਿੰਦੇ ਹੈ। ਈਸ਼ਵਰ ਚਿੱਤਰਕਾਰ ਦੇ ਸੰਪਰਕ 'ਚ ਆਇਆ, ਉਰਦੂ 'ਚ ਲਿਖ ਰਿਹਾ ਸੀ, ਫਿਰ ਪੰਜਾਬੀ ਸਾਹਿਤ ਵਿੱਚ ਇਹਨੇ ਲਿਖਣਾ ਹੈ ਜੋ ਉਹ ਸ਼ੁਰੂ ਕਰਤਾ ਪਈ। ਹੁਣ ਉਸ ਤੋਂ ਬਾਅਦ ਗੱਲ ਕਰੀਏ ਇਹਦੇ ਕਹਾਣੀ ਸੰਗ੍ਰਹਿ। ਇਹਦੇ ਕਹਾਣੀ ਸੰਗ੍ਰਹਿ ਹੈ 16 ਸ਼ਿੰਗਾਰ ਤੇ ਲੇਖਾ ਜੋਖਾ। ਵੈਸੇ ਨਾਵਲਕਾਰ ਦੇ ਤੌਰ ਤੇ ਅਗਰ ਆਪਾਂ ਦੇਖਦੇ ਹਾਂ ਤਾਂ ਇਹਦੇ ਵਿੱਚੋਂ ਜੇ ਪ੍ਰਸ਼ਨ ਆਉਂਦਾ ਹੈ ਤਾਂ ਨਾਵਲ ਹੀ ਪੁੱਛੀ ਜਾਣੀ ਚਾਹੀਦੀ ਹੈ। ਪਰੰਤੂ ਜੇ ਫਿਰ ਨਾਵਲਕਾਰ ਜਿਹੜਾ ਹੈ ਗਲਪਕਾਰ ਹੈ, ਉਹਦੀ ਦੂਜਾ ਚਾਂਸ ਹੋ ਸਕਦਾ ਕਿ ਕਹਾਣੀ ਸੰਗ੍ਰਹਿ ਪੁੱਛ ਲਵੇ, ਕਿਉਂਕਿ ਗਲਪਕਾਰ ਹੈ ਉਹ। ਕਹਾਣੀ ਸੰਗ੍ਰਹਿ ਨੇ ਥੋੜ੍ਹੀ ਲਿਖੀ ਹੈ ਬਈ, 16 ਸ਼ਿੰਗਾਰ ਤੇ ਲੇਖਾ ਜੋਖਾ, ਉਸ ਬਾਰੇ ਦੱਸਤਾ। ਇੱਕ ਸਵੈ ਜੀਵਨੀ, ਸਵੈ ਜੀਵਨੀ ਤੇ ਵੀ ਆਪਾਂ ਗੌਰ ਕਰੀਏ, ਜਿਹਨੇ ਜਿਹਨੇ ਸਵੈ ਜੀਵਨੀ ਲਿਖੀ ਹੈ ਲੇਖਕ ਤੋਂ ਉਹ ਵੀ ਆ ਸਕਦੀ ਹੈ। ਉਹ ਹੈ ਆਇਨੇ ਦੇ ਰੂਬਰੂ, ਆਇਨਾ ਸੀਸਾ, ਸੀਸੇ ਦੇ ਰੂਬਰੂ, ਮਤਲਬ ਆਪਣੇ ਅੰਦਰ ਦੀ ਗੱਲ। ਸਵੈ ਜੀਵਨੀ ਦਾ ਦੇਖੋ ਨਾਮ, ਨਾਮ ਕੀ ਰੱਖਿਆ? ਸਵੈ ਜੀਵਨੀ, ਉਹਨੇ ਆਪਣੇ ਬਾਰੇ ਲਿਖੇ। ਜਦੋਂ ਉਹਨੇ ਆਪਣੇ ਬਾਰੇ ਲਿਖਿਆ ਤਾਂ ਆਪਣੇ ਬਾਰੇ ਜਦੋਂ ਆਪਾਂ ਆਈਨੇ 'ਚ ਦੇਖਦੇ ਹਾਂ ਤਾਂ ਆਈਨੇ 'ਚ ਕੀ ਆਉਂਦਾ? ਆਪਣੀ ਤਸਵੀਰ ਆਉਂਦੀ ਹੈ। ਤੇ ਸਵੈ ਜੀਵਨੀ ਹੈ ਆਈਨੇ ਦੇ ਰੂਬਰੂ, ਉਹ ਆਈਨੇ ਦੇ ਰੂਬਰੂ ਹੋ ਗਿਆ। ਇਸ ਸਵੈ ਜੀਵਨੀ ਵਿੱਚ ਉਹ ਆਪਣਾ ਅਕਸ਼ ਦੇਖਦਾ ਭਾਈ ਮੈਂ ਇਸਾ ਬੰਦਾ ਹਾਂ, ਕਿਉਂਕਿ ਆਈਨੇ ਦੇ ਸਾਹਮਣੇ ਆਪਾਂ ਜਾਂਦੇ ਹਾਂ ਤਾਂ ਆਪਾਂ ਕੀ ਕਰਦੇ ਹਾਂ? ਆਪਾਂ ਆਪਣੇ ਅਕਸ਼ ਨੂੰ ਦੇਖਦੇ ਹਾਂ ਭਾਈ ਮੈਂ ਜਾਂ, ਫਿਰ ਆਪਾਂ ਥੋੜ੍ਹਾ ਆਪਣੇ ਆਪ 'ਚ ਸੁਧਾਰ ਕਰਦੇ ਹਾਂ ਭਾਈ, ਦੇਖ ਲਈਏ ਬਈ ਕਿਵੇਂ ਓਕੇ ਆ, ਬਸ ਠੀਕ ਹੈ। ਇਹ ਚੀਜ਼ਾਂ ਆਪਾਂ ਦੇਖਣੀਆਂ। ਤਾਂ ਇਸ ਤਰੀਕੇ ਨਾਲ ਸਵੈ ਜੀਵਨੀ ਦਾ ਇਹਨੇ ਨਾਮ ਕੀ ਰੱਖਤਾ? ਆਈਨੇ ਦੇ ਰੂਬਰੂ ਰੱਖਤਾ, ਬਈ ਆਹ ਮੇਰਾ ਆਈਨਾ, ਮੈਂ ਇਸ ਦੇ ਰੂਬਰੂ ਹੈ ਔਰ ਇਹ ਚੀਜ਼ਾਂ ਹੈ, ਮੈਂ ਇਜ਼ਾ ਹਾਂ। ਇਹਦੀਆਂ ਆਲੋਚਨਾ ਪੁਸਤਕਾਂ ਵੀ ਹੈ, ਇਹਦੇ ਉੱਤੇ ਜ਼ਿਆਦਾ ਆਪਾਂ ਨੂੰ ਜ਼ੋਰ ਦੇਣ ਦੀ ਲੋੜ ਨਹੀਂ ਹੈ, ਪਰੰਤੂ ਫਿਰ ਵੀ ਮੈਂ ਲਿਖਤੀ ਹੈ ਇੱਕ, ਆਪਾਂ ਨੂੰ ਤੁਸੀਂ ਵੈਸੇ ਹੀ ਇੱਕ ਵਾਰ ਪੜ੍ਹ ਲਓਗੇ ਤੁਹਾਨੂੰ ਯਾਦ ਹੋ ਜਾਣਗੀਆਂ, ਪਰ ਜ਼ਿਆਦਾ ਜ਼ੋਰ ਨਹੀਂ ਦੇਣਾ। ਨਾਵਲਕਾਰ ਦੇ ਤੌਰ 'ਤੇ ਨਾਵਲਕਾਰ 'ਤੇ ਹੀ ਆਪਾਂ ਜ਼ਿਆਦਾ ਜ਼ੋਰ ਦੇਵਾਂਗੇ, ਉਹਦੇ ਹਰ ਇੱਕ ਨਾਵਲ ਦੇ ਬਾਰੇ ਜਾਣਕਾਰੀ ਲਵਾਂਗੇ, ਉਹਦੇ ਕਹਾਣੀ ਸੰਗ੍ਰਹਿ, ਸਵੈ ਜੀਵਨੀ ਵਗੈਰਾ, ਉਹਨਾਂ ਬਾਰੇ ਵਿਸਥਾਰ ਨਾਲ ਆਪਾਂ ਨਹੀਂ ਕਰਾਂਗੇ, ਕਿਉਂਕਿ ਨਾਵਲਕਾਰ ਹੈ ਤਾਂ ਜਿਹੜੇ ਪੱਖ ਦੀ ਜ਼ਿਆਦਾ ਸੰਭਾਵਨਾ ਹੈ ਉਸਦੇ ਉੱਤੇ ਚਰਚਾ, ਬਾਕੀ ਉੱਤੇ ਸੰਖੇਪ ਦੀ ਚਰਚਾ। ਆਲੋਚਨਾ ਪੁਸਤਕ ਹੈ, ਇਹਦੀ ਆਲੋਚਨਾ ਪੁਸਤਕ ਹੈ, ਆਹ ਦੇਖੋ ਜੀ, ਪੰਜਾਬੀ ਨਾਵਲ ਦਾ ਆਲੋਚਨਾਤਮਕ ਅਧਿਐਨ, ਪੰਜਾਬੀ ਨਾਵਲ ਦਾ ਆਲੋਚਨਾਤਮਕ ਅਧਿਐਨ, ਫਿਰ ਪੰਜਾਬੀ ਨਾਵਲ ਦਾ ਮੁਹਾਂਦਰਾ, ਮੇਰੀ ਨਾਵਲ ਨਿਗਾਰੀ, ਮੇਰੀ ਨਾਵਲ ਨਿਗਾਰੀ ਬਈ ਆ ਰਿਹਾ, ਹੋਰ ਨਾਵਲ ਕਲਾ ਤੇ ਮੇਰਾ ਅਨੁਭਵ। ਕਹਿਣ ਦਾ ਭਾਵ ਕਿ ਇੰਨੇ ਸਾਰੇ ਦੇ ਸਾਰੇ ਜਿਹੜੀਆਂ ਆਲੋਚਨਾ ਪੁਸਤਕਾਂ ਹੈ ਉਹ ਨਾਵਲ ਦੇ ਬਾਰੇ ਲਿਖੀ ਹੈ, ਔਰ ਨਾਵਲ ਦੇ ਬਾਰੇ ਤਾਂ ਲਿਖਣੀਆਂ ਹੀ ਸੀ ਭਾਈ। ਕਿਉਂ ਲਿਖਣੀਆਂ ਸੀ? ਕਿਉਂਕਿ ਇਹ ਬੰਦਾ ਹੈ ਜਿਹੜਾ ਨਾਵਲਕਾਰ ਹੈ, ਜਦੋਂ ਆਲੋਚਨਾ ਦੀ ਪੁਸਤਕ ਵੀ ਲਿਖੇਗਾ ਤੇ ਨਾਵਲ ਬਾਰੇ ਲਿਖੇਗਾ, ਕਿਉਂਕਿ ਇਹਦਾ ਅਨੁਭਵ ਹੈ, ਜੋ ਜੀਵਨ ਅਨੁਭਵ ਹੈ ਉਹ ਉਹਨੇ ਨਾਵਲਕਾਰ ਦੇ ਰੂਪ ਤੋਂ ਵੱਧ ਹੰਡਾਇਆ। ਤਾਂ ਇਹਦੀ ਆਲੋਚਨਾ ਪੁਸਤਕਾਂ ਵੀ ਦੇਖੋ, ਪੰਜਾਬੀ ਨਾਵਲ ਦਾ ਆਲੋਚਨਾਤਮਕ ਅਧਿਐਨ, ਪੰਜਾਬੀ ਨਾਵਲ ਦਾ ਮੁਹਾਂਦਰਾ, ਮੇਰੀ ਨਾਵਲ ਨਿਗਾਰੀ, ਨਾਵਲ ਕਲਾ ਤੇ ਮੇਰਾ ਅਨੁਭਵ, ਇਹ ਹੈਗਾ ਬਾਈ। ਇਹਦੀ ਗਲਪ ਵਿਧੀਆਂ ਕਿਹੜੀਆਂ ਹੈ? ਚੇਤਨਾ ਪ੍ਰਵਾਹ ਦੀ ਹੈ ਇਹਦੀ ਗਲਪ ਵਿਧੀ, ਹੈ ਚੇਤਨਾ ਪ੍ਰਵਾਹ ਦੀ ਗਲਪ ਵਿਧੀ ਹੈ ਬਈ, ਚੇਤਨਾ ਪ੍ਰਵਾਹ ਦੀ ਗਲਪ ਵਿਧੀ। ਫਿਰ ਉਸ ਤੋਂ ਬਾਅਦ ਕਰਕੇ ਅਭਿਅੰਜਨਵਾਦੀ ਬਈ, ਅਭਿਅੰਜਨਾ, ਠੀਕ ਹੈ, ਯਥਾਰਥਵਾਦੀ, ਯਥਾਰਥਵਾਦੀ ਬਾਰੇ ਤੁਹਾਨੂੰ ਮੈਂ ਦੱਸਿਆ ਹੋਇਆ ਬਈ, ਯਥਾਰਥਵਾਦ ਬਾਰੇ ਸਮਝਾਇਆ, ਜੋ ਹੈ ਉਹ ਹੈ, ਬਸ ਯਥਾਰਥ ਜੋ ਹੈ ਉਹ ਹੈ, ਕੋਈ ਫਾਲਤੂ ਦੀ ਬਕਵਾਸਬਾਜ਼ੀ ਨਹੀਂ, ਸਿੱਧੀ ਜੋ ਗੱਲ ਹੈ ਸਿੱਧਾ ਸਪਾਟ ਕਹਿਣਾ। ਉਸ ਤੋਂ ਬਾਅਦ ਅਭਿਵਿਅੰਜਨ, ਇਹ ਜਿਵੇਂ ਕਿ ਸ਼ਬਦ ਸ਼ਕਤੀਆਂ ਤੁਸੀਂ ਪੜ੍ਹੀਆਂ ਹੋਣੀਆਂ ਬਈ, ਉਹਨਾਂ ਵਿੱਚ ਕੀ ਹੁੰਦਾ? ਅਭਿਦਾ, ਲਕਸ਼ਣਾ, ਵਿਅੰਜਨਾ, ਅਭਿਵਿਅੰਜਨ ਸ਼ੈਲੀ ਹੈ ਉਹਦੀ, ਉਸ ਦੇ ਵਿੱਚ ਕੀ ਕਹਿੰਦੇ ਹੈ ਕਿ ਉਸ ਤੋਂ ਹੈ, ਉਸਦੀ ਜਿਹੜਾ ਸਿਸਟਮ ਹੈ ਇਸਦੇ ਅੰਦਰ ਹੈ, ਅਭਿਵਿਅੰਜਨਾ ਦਾ ਸਿਸਟਮ ਇਹਨੇ ਦੱਸਿਆ ਹੋਇਆ, ਇਹ ਅਭਿਵਿਅੰਜਨਾਵਾਦੀ ਹੈ ਬਈ।
किसी बारे सुझाव दा देना, रुझान जा देना, यह रहेगी ये विधि इनकी वरती है। और चेतना प्रवाह है जी उस दे बारे अगे आपने नावल भी लिखे है, थोड़ा विस्तार चाणना पा देंगे इन बारे की है, यथार्थवादी परा यथार्थवादी, ये गल्लां तुहानू पहलां भी समझाइयां होईयां ने मेरियां। हुण आपां गल करिए कि निरंजन तस्नीम का जिहड़ा अनुभव सीगा वो, और आपां जदों नावल भी पढ़ांगे तां उत्थों आपां नूं पता लग जाएगा ये सहरी मध्य श्रेणी के जीवन का नावलकार है, सहरी मध्य श्रेणी के बारे इसने लिखे है भाई निरंजन तस्नीम ने। सहरी मध्य श्रेणी नाल संबंधित है जिस विच आपने मनुख दे समाजिक आर्थिक भूगोलक, समाजिक आर्थिक ते भूगोलक अवस्था नूं चित्रिया है इसने, और उसके जिहड़े मानसिक वातावरण है दिमाग दे विच जो आ रहा है, जो सपने बुन रहा है, ठीक है, चेतना प्रवाह की शैली दे विच ओ चल रहा है, वह सारा सिस्टम है जो वो इन्ने चित्रिया है भाई, किवें बंदा सुपने लैंदा है, जागदे सुपने किवें देखदा है, जागदे सुपने किवें देखदा, चेतना प्रवाह किवें चलदा, जागदे सुपने अखां च खोल के सुपने वेखना वो किवें बंदा वेखदा, इन्ने मुख तौर पर उलीकिया है। और मध्य श्रेणी की गल की है, उनकी आर्थिक जिहड़ी दशा है, उनकी समाजिक जिहड़ी दशा है, उसकी अवस्था का चित्रण इनके नावल नावलों के अंदर मिलेगा। एक आधुनिक गल्प बोध वाला नावलकार होण करके आप जी के नावल में सहरी मध्य श्रेणी दियां जिहड़ियां मनोस्थितियां ने उसनू वस्तु संदर्भ नाल युक्त करके यथार्थवाद के नज़दीक तो सकार किया है, क्योंकि ये नावलकार किहड़ा इहदा यथार्थवादी, चेतना प्रवाह इहने कराई है भी चेतना प्रवाह विधियां का प्रयोग किया, यथार्थवादी है, अभिव्यंजनावादी है, अपनी अभिव्यक्ति है जो उसनू ये बड़े सोहने ढंग नाल इहने दर्शे है अभिव्यंजना के अंदर बई, ये जिहड़ियां चीज़ां ने ये इहदे नावल के अंदर तुहानू देखण दे विच मिलणगियां। मनुख दे अंतरमन दीआं पीड़ां, जिहड़े अंतरमन दीआं पीड़ां है उहदीआं रीझां है जिहड़ियां अतृप्तियां ने, उहदीआं उहदीआं इच्छावां ने, उहदा प्रगटा इहदे नावलां दे अंदर वेखण नूं मिलेगा। हुण जदों आपां इह सारीआं चीज़ां जिहड़ियां हैगीआं जदों नावल पढ़ांगे उदों आपणे बिल्कुल एवें शीशे वाली तरह बिल्कुल आपणे साफ हो जाएगा बई ये नावल इहदे इस तरीके दे नावल लिखे, हर एक नावल की कहानी के उत्ते आपां भी गल करांगे भाई। इत्थे तक अगर किसी को कोई समस्या है तो उस बारे कोई चीज़ अगर समझ नहीं आई तो तुसी पूछ सकते हो भाई। हुण आपां इहदे जिहड़ा नावल है उसकी आपां गल करिए भाई, परछावें जिहड़ा इहदा नावल है उस दे बारे, परछावें दी की कहानी है, परछावां जा पैंदा है बस, नायक नायिका दे आपसी मन वचनी, जिहड़ी नायक ते नायिका है ना उनकी आपसी मन वचनी है ना उनका की कहिंदे है इस नावल दे अंदर है सारा सिस्टम ही उस ते खड़ा है। अपने प्रथम नावल विच तस्नीम ने फैंटसी विधि अपनाई है भाई, जिन्हों फंतासी विधि भी कहें फैंटसी भी कहें भाई, तुम सुनिया होगा जेडे अपने जो भी कोई फिल्म वगैरह लॉन्च होती है तो फिल्म लॉन्चिंग के समय जोड़े होंगे क्या तो बड़ी फैंटसी देखने को मिलेगी, बड़ी फैंटसी है इसके अंदर, तो इसके अंदर भी भाई आ चीज है फैंटसी। फैंटसी कह लो, फितासी कह लो भाई, फंतासी कह लो, भला फितासी विधि जे आप इस फैंटसी पंजाबी च कन्वर्ट करिए तो फैंटसी फितासी शब्द है बनूगा। विधि के प्रयोग द्वारा प्रेमिया की मुलाकात को पेश किया है, ठीक है, नायक नायिका की मन बचनी है, एक होर शब्द आप लिख देते हैं इतने मन बचनी, मन बचनी तुहानू पता है भाई मैं आ कर दूंगा, मैं हुण मिलेगी तो आ कह दूंगा, वो कुड़ी अलग सोचती है, मुंडा अलग सोचता है, ये कहना ये कहना ये कहना ये कहना, यह मन बचनिया जी उन्हें अंदर चलदिया रहिंदिया है। हुण फैंटसी विधि की जो गल कर ली आप फैंटसी के बारे देख लिए, एक ये सुपने नालों थोड़ी वक्री प्रकार की आती है, सुपने च की होंदा कि बंदा सुता रहिंदा बंदे नूं सुपना आता है, परंतु फैंटसी च की होंदा कि बंदा जागता रहिंदा है, बंदा पिया होया है जागता रहिंदा है, कई बार उहदियां अखियां खुली है और कई बार उहदियां अखां बंद है,
फिर भी वो सपने देख रहे हैं, फिर वो सोच रहे हैं ठीक है, वो सोच रहे हैं मैं जब नौकरी लग जूंगा फिर मैं उत्थे जाया करूंगा नौकरी ते, या कुछ किसी बारे भी सोच सकते हैं भाई। आप थोड़ा वधिया एग्जाम्पल ले लें नौकरी वाले, ते आप वधिया सुपने आप थोड़ी वधिया लीए भाई स्टैंडर्ड भी, और जिन्ना उन्होंने पद्धर तुम कटा दोगे सुपने का, फिर उन्नी तो तंग करेंगे। तो सुपने ही अजे लैन लग गए नौकरियां नौकरियां वाले, तो थोड़ा दिमाग से एकदम आऊगा भाई इन्हें असर आपको पढ़ना पड़ेगा, और जिवें तुसीं ये सोचोगे फिर तुसीं पढ़न दी तरफ मुड़ जाओगे, क्योंकि सब कॉन्शियस माइंड के अंदर तुसीं जिहड़ा फैंटसी विधि अपनाई हैगी है, फैंटसी विधि नूं तुसीं अपना लिया है, और फैंटसी विधि नूं जदों अपनाया है तुसीं तां जागृत अवस्था दे विच तुसीं सुपने देख रहे हो, ते उह वी की कहिंदे तुसीं आह वेख रहे हो, सबकॉन्शियस माइंड में चला गया, फिर राती तुहाडा दूजा सुपना भी आ गया तां वी उह आएगा। और जे कितें आपां नूं कुड़ियां वाले मुंडे वाले सुपने आण लग गए तां फिर उस तों बाद फिर आपां उहनां च खो जाएंगे, पढ़ाई परां रह जाऊगी, फिर जदों आपां की कहिंदे आ कि किताब चुकांगे फिर आपां नूं मूर्ति पूजा चालू हो जाएगी, ते मूर्ति पूजा है जिहड़ी उह उसनूं अपने माइंड तों परां करना है बई। तां फैंटसी विधि तां हुण तुसीं समझ गए होंगे, सिर्फ मैं दो तीन शब्द अगर कह दवा इन्ना कुछ समझाने तो बाद दो दो तीन शब्द च अगर कहां तो ये होगा, अखां खुलियां सुपने जिहड़े वेखदियां वो फैंटसी है, जागृत अवस्था दे विच सुपने वेखना भई आप जाग रहे हैं सुते पे हैं, भला आप अखां बंद है भला खुलियां सुपने वेख रहे हैं, वो फैंटसी विधि है। इस विच आई चीज कीती है हुण आपां नूं इत्थे, जदों फैंटसी विधि दी आपां गल कर ली, जदों मैं इत्थे दो चीज़ लैणा लिखती हैं परछावें नावल दी कहानी की है, परछावें नावल दी एक तां फैंटसी लिख दी तां मनमचली लिखती, इह दो शब्द लिख दी आपां नूं पता लग गया, क्योंकि आपां की करांगे किसी भी चीज़ नूं जदों आपां जदों इह चीज़ां परछावें फैंटसी मनमचली जदों इह चीज़ आपां पता लग गई फिर आपां नूं सारी स्टोरी पता लग गई। हुण आपां स्टोरी दी गल करदे हां, नायक नायिका दी आपसी मनमचली है, फैंटसी विधि दा वरतों है, और इस विधि राही प्रेमी प्रेमिया की मुलाकात उन्हें पेश किया है, नावल विचला पात्र है रमिंदर, रमिंदर का जो प्यार संकल्प है प्यार संकल्प आदर्शवादी सुभाव वाला है, और वो प्यार संकल्प की पूर्ति लिए विआह जरूरी नहीं मनता, रमिंदर शुरू शुरू च मनता है, नावल दे विच नावल शुरू होता है, नावल वो शुरू शुरू विच रमिंदर नाम का जो पात्र है हीरो है वह सोचता है कि प्यार एक वक्री चीज है तो विआह एक वक्री चीज है, प्यार लई विआह होना जरूरी नहीं है, अपने प्यार करो बई क्यों विआहां दे चक्कर च पैने हो, यह वह सोचता है। फिर उस तो बाद की होंगे जी कुड़ी है जसबीर उनका विआह किसी होर थां हो जाता है, जो उनका विआह किसी होर थां हो जाता है हुण उन्हें जो पहले मिथ सिर च रखिया सी उनका टुटदा है, हुण उनका जी नहीं लगता, हुण वह आपस च दोनों मन बच नहीं कर रहे हैं, फिर उनके सारे वह भरम भुलेखे टुट जाते हैं, फिर वह सोचता है कि नहीं मेरा उस रण विआह होना चाहिए सी, उनके अंदर भावना जन्म लेंदी है कब्जे की भाई वह मैनू मिल जाए, उसके विचारों में स्वै विरोध भी बनता है, फिर वह सोचता है मन बच नहीं करता ओ हो मैं आ की करता एवें की करता एवें करना सी ये करना सी। नावल में इन्हां प्रेमियों द्वारा जिहड़ी आंतरिक मन बचनी राही अपने भावों को व्यक्त किया है, यह है कहानी बई, कहानी रिपीट करा या फिर समझ आ गई। परमिंदर नाम का बंदा वो सोचता प्यार वास्ते विआह कराना जरूरी नहीं, जसबीर कौर कुड़ी है वह फिर और किसी विआह करा लेंदी है, पर बाद में पता लगता आह की हो गया, फिर वह दोनों मनबचनी के जिंदे है और उनके जिहड़े सुपने होंदे है रमिंदर दे वह तिड़क जाते हैं, ठीक है, फिर भरावा वह सुपने दूजे ही देखते हैं खुली अखां ने, शायद परमात्मा ने इसीलिए बनाए है भी जेड़ा काम हकीकत च ना हो सके वह सुपनिया च हो जाए और बंदे नूं थोड़ी तसली जी मिल जाए। अगला जेड़ी है कसक, कहानियां दी सारी ये दी है जिवें अजकल नाटक है, कहानियां सारी ये दी है बाहरले संबंध भाई विआह बाहरले संबंधा की गल है इन्दे नावलों के अंदर मिलेगी। एक औरत दे एक तो ज्यादा बंदियां दे नाल संबंध और किसी प्रकार का कोई और चक्कर फकर कुछ भी नहीं, ठीक है भाई, और एक बंदे का अपनी पत्नी तो अलावा होर नाल संपर्क संबंध ये इन्दे नावलों का तुरा है भाई, सारे नावल इन्दे मैं तुहानू दसूंगा एक एक करके, स्टोरी लगभग आई हैगी है नावलों की। हुण आपां अगले नावल की गल करते हाँ कसक दी भाई,
इस विच की है कसक नावल दे अंदर पति पत्नी दे शरीरक संबंधा का खोखलापन है, जो कि औरत है जेड़ी बई थोड़ा सही पानी पूगी बई, दो मिनट रुको। हां जी, जेड़ी पति पत्नी दे शरीरक संबंधा का खोखलापन है वो इस दे अंदर है गया बई, अजोकी औरत है जेड़ी, क्योंकि जे देखा जाए इसका समा जरा बढ़ता 2019 बढ़ता है, 2019 बढ़ता है, यानी कि यह जरा बंदा है इन्हें जे नावल लिखे है वो पिछले 40-50 साल की दास्तान है या पिछले 20 साल की भी हो सकती है, तो उनके अंदर जो परिवेश चल रहा है तो यह जरा माहौल थोड़ा बदलिया है, उस बदले माहौल के अंदर इन्हें कसक जी लिखी है। हुण कसक की है, पति पत्नी दे शरीरक संबंधा का खोखलापन है, अजोकी औरत निर्जीव भोग आली वस्तु नहीं रही, वह हुण काम संबंधा के अंदर बराबर की हिस्सेदारी चाहती है, जिवें बंदा चाहता है उवें बराबर की हिस्सेदारी है जिहड़ी वह औरत भी चाहती है। इस नावल विच पति पत्नी के शरीरक संबंधा विचले खोखलेपन नूं बयान किया गया है। नावल का मुख पात्र रमा है भाई, मुख पात्र तो चलो की करना है, क्योंकि पात्र सारे करोगे तो बड़े हो जाएंगे भाई, पात्र आप ही करांगे जेडे अपने बीए दे विच हैगे है, और लैक्चरर वो करांगे जेडे बीए और एमए दे विच भी ने, उन्हां पात्रां नूं आपां ध्यान रखना है। तो रमा आपां इक वार कहानी तोड़ लैने, रमा अपने पति रणधीर दीआं प्यार अते जिनसी संबंधा बारे जेडी मंडी संस्कृति दीआं उहदे विच रुचियां ने उस तों उपराम हो जांदी है, परेशान हो जांदी है, उहदा कारला है जो वह होर किसी ना है, मतलब उन्हें जी सोच है मंडी संस्कृति की है, बाजारू सोच है उनकी घर वाले की। हुण वह जी जनानी है रमा वह अंतरमुखी हो जाती है, कहते भाई ये की है की बंदा है कमाल है इसके, फिर वह अंतरमुखता निकलने लिए फिर आदर्शक प्यार की प्राप्ति करना चाहिए, आदर्श प्यार हो जिन्होंने मेरे न प्यार हो मनु दे हो बसे, ये सिर्फ हम थोड़े साल रहूगा फिर उनके बाद तो खत्म हो जाऊगा। कहानी के चल रहा है कि फिर की होंगे वह की सोचती है कि आदर्शक प्यार फिर वह लभदी है, फिर वह की करती है अपनी सहेली के पति प्रोफेसर नरेश के संपर्क आती है, उनके नाल संबंध बनाती है, फिर उस तो बाद उत्थे भी उनका मोह भंग हो जाता है, फिर वह की करती है कि उस तो मगरों अपने पति के दोस्त राजन के नाल वह संबंध बनाती है, उनकी संगत करती है, परंतु फिर भी उन्होंने जो आदर्शक प्रेम है वह नहीं मिलता, उस खोज दे विचों नाकाम रहिंदी है, वो अपने सुपनियां नूं तृप्त नहीं कर पाउंदी। वो इस नावल राही लेखक ने दर्शाया है कि अजोकी औरत भोग दी निर्जीव वस्तु वर्गा जीवन ब्यौंतण तो इनकारी हो चुकी है, वो कल वो नहीं सोचती भाई मेरा पति है जो मैनू भोगे, नहीं वो आ सोचती है कि मैं भी अपने पति नूं भोगा, और उस तो बाद एक आदर्शक प्यार हो जाती है, पर उन्होंने नहीं मिलता, फिर दूजे तो तीजे को जाती है, फिर भी नहीं मिलता, सब कुछ तिड़क जाता है, बराबर की भागीदारी हो जाती है। इस नावल की कहानी निरंजन तस्नीम ने 1960 में उर्दू में छपे नावल सोगवार से आधारित है भाई, तकड़ा नावल सी भाई इनका सोगवार, उर्दू के नावल लिखे सोगवार, तो वह भी नावल चंगा नामना उन्हें खटिया, फिर उन्हें कहा कि सोगवार चक के पलटता भाई कसक दे अंदर, और पंजाबी कसक सिरलेख है ट्रक है। और देखो इस कसक तो आप कहानी कट लवेंगे, कहानी एवं कटा उस जनानी के कसक रह जाती है, कसक रह जाती है, फिर एक दो तीन फिर भी उन्होंने आदर्शक प्रेम नहीं मिलता, उनके मन में फिर भी कसक रह जाती है। तो इतों इस टैगलाइन इतों ही आप कहते हैं कि कहानी पकड़ लेना है बई, कसक नाम तो ही कहानी कहानी दोबारा नहीं दोहरावेंगे बई, जिन्हें भी अगर वापस देखनी हो तो वापस उन्होंने कल देख लेनी है वीडियो, क्योंकि कहानियां सारिया ए एक बार सुन लो तुम दोबारा सुना की लड़ ही नहीं हैगी। उस तो बाद त्रेड़ा दे रूप बई, अगली जी इनकी नावल है त्रेड़ा दे रूप वालों, त्रेड़ा दे रूप आ जड़ा नावल है, लकीरी वृतांत को छड़ के चेतना प्रवाह दी तकनीक वरती है इन्हें, ऐसी तकनीक की वरती है त्रेड़ा के रूप में,
चेतना प्रवाह की तकनीक इसने वरती है। हुण कि चेतना प्रवाह की है, चेतना प्रवाह एक वृतांतक जुगत है जिस राही मन में चल रहे अनेक ख्याल विचारों पेश किया जाता है। मन में जोड़े विचार चलते हैं, चेतना प्रवाह के अंदर जोड़े विचार चलते हैं उसको की कहते हैं कि पेश किया जाता है। जे कला मैं दो ही शब्द वरता तो वह होगी मन के अंदर अंदरूनी मन बचनी। दो शब्द अगर वरती हैं तो चेतना प्रवाह ली, चेतना प्रवाह थोड़ा हिंदी जा हिंदी का शब्द जहा लगता है, तो इस थान अगर दो ही शब्द वरते जाए तो वह होगा अंदरूनी मन बचनी। हर बंदा करता है वही अंदरूनी मनोबचनी बी, यह हर बंदा करता है अंदरूनी मनोबचनी। मन के अंदर ना बार बार जैसे थोड़ी किसी ना कोई तीन पांच हो जाए, किसी बार हो जाए, किसी ने थोड़ा बोल बुलारा हो गया, फिर बंदा बार बार अंदरूनी मनोबचनी करता है। मैं उन्होंने आ कहना सी, उन्हें मैं आ सुनाता, उन्हें मैं चार गल्ला कहती, मैं उन्होंने तीन गल्ला कही, मैं पांच कहती, मैं चार कहती, दो कहती, वो दिमाग चाहे चलता रहता है, लगातार चलता रहता है। ठीक है भाई, चेतना प्रवाह, फिर चेतना प्रवाह के अंदर रहा लगातार। इसको अगर समझना हो आप थोड़ा जा लड़ाई वाला ले लिया, जो प्यार वाला भी ले लिया तो प्यार दे विच भी एवें, जे कितने कुंडी अड़ गई तो फिर चेतना प्रवाह चला जाए, अंदरूनी मन बचनी कहना मैं आ कहूँगा, मैं एवं कहूँगा, मैं उवें कहूँगा, ये कहूँगा, लगातार वह टाइम खराब करने वाली गल है। तो चेतना प्रवाह से अगर तुम लैके भी आना अपने आप को तो तुम की करना कि अपने टारगेट बारे सोचना, बी मेरा टीचा है, मैं इनू एवें पावगा, मैं मास्टर बनना है तो मैं एवें बनना है, बी मैं इन्नी पढ़ाई करनी, मैं एवें करनी है, फिर थोड़े दोबारा जो बार आउटपुट आऊगा तो ही आउटपुट आऊगा। जी जब तुम अंदर लैके जाओगे माल, ऊजा माल थोड़ा बहार आऊगा और तुम्हें बार बार खराब करूगा, खराब नहीं होने देना। भाई विलियम जेम्स से ना जोड़ा उन्हें अपनी पुस्तक लिखी सी मनोविज्ञान के नियम, उन कड़िया भाई ये वैसे तुम वैसे ही लिखा हो, कोई जरूरी नहीं है इनू याद कर हटा देवे भाई इन। हूँ जो आप गल करिए त्रेड़ा के रूप की, त्रेड़ा के रूप शैली कि वरती है चेतना प्रवाह की अंदरूनी मन बचनी की। यह जड़ा नॉवल है उनका प्रभावित किस तो है, जाइज से वर्जीनिया वॉल्फ तो। भाई वर्जीनिया वॉल्फ बहुत बड़ा नावलकार होया भाई, वर्जीनिया वॉल्फ ते दूजा है क्या जाइज, जाइज उस तो, वर्जीनिया वॉल्फ ते जाइज तो भाई कई पुस्तक कई रचनावां इन्हें लिखी है, फेमस है भाई वो। इस नावल में लेखक लकीरी वृतांत को छोड़ के चेतना प्रवाह की तकनीक अपनाता है। लकीरी वृतांत उसी का जिहड़ा वृतांत चलिया रहा उसनों, परंतु चेतना प्रवाह अंदरूनी मन बचनी की गल की। लकीरी वृतांत करता तो फिर सीधी वो वृतांत वर्णन करता, उन्हें रणा घटित होया, उन्हें रणा घटित होया, उन्हें रणा घटित होया, पर इन्हने की किया अंदरूनी मन बचनी की गल की है। इसके अंदर कहण का भाव चेतना प्रवाह की तकनीक अपनाई है। हुण इन्हें नावल का मुख पात्र की है, कांता ग्रोवर। कांता ग्रोवर की है कि अपने व्याहता जीवन दौरान उनका जो प्यार संकल्प है अधूरा रह जाता है, प्यार पूरा नहीं चढ़ता, वो इस संताप को भोगती रहती है। उनका विआह हो जाता है परंतु उनका प्यार है वह सिरे नहीं चढ़ता, इस संताप को वह भोगती है भाई कांता ग्रोवर। फिर कांता ग्रोवर की है, संताप विचों निकलने लई जिहड़ा उनका पति का दोस्त है उस वल चुकती है, पर उसका आदर्शक प्यार है जो आदर्शक अधूरा प्यार उनके राह विच रोड़ा अपनाउंदा है। वह कहिंदा नहीं ये तो गलत है भाई, आप गलत कर रहे हैं। कई बार हो जाता है भी बंदे दिमाग च आ जाता नहीं आप गलत आ रहे हैं, आप दूजी तरफ झुकाओ कर रहे हैं। यही चीज़ है जी कांता ग्रोवर भोगती है, आदर्शक प्यार नहीं मिलता, उनका विआह हो जाता है और फिर वो अपने पति दोस्त वाल झुका करती है और उनके मन के विच की है संताप नहीं आप गलत कर रहे हैं, ये चीज उनके मन में आ रही है। परंतु फिर वो अपने अधूरा जिहड़ा प्यार है वह सोचती है मैं अपना जिहड़ी बेटी मेरी बेटी सिमी है उनके प्यार राही संपन्न हो जाए, उन्होंने अपना आदर्शक प्यार वधिया प्यार उसनों मिल जाए, पर उनकी जिहड़ी कुड़ी है वह उल्ट है, वह की करती है प्यार किसे नाल करती है और विआह किसे होर नाल कराना चाहती है। सियानी है वैसे देखा जाए तो, पर नावल की अगर गल करिए तो वह की है कि प्यार किसी होर नाल करती है, विआह किसी होर नाल कराना चाहती है। जो मां को इन्हें पता लगता भाई तू प्यार तो किसी होर नाल करी जानी है, विआह तो किसी होर नाल कराना चाहनी है, यह भी चक्कर है। तो उनका जो सपना आता है कांता ग्रोवर का जो सपना आता जो नायिका है
ਉਹ ਫਿਰ ਟੁੱਟ ਜਾਂਦਾ, ਫਿਰ ਤਿਲਕ ਜਾਂਦਾ, ਕਹਿੰਦਾ ਆ ਦੇਖੋ ਆ ਕੀ ਹੋ ਗਿਆ। ਤਾਂ ਇੱਕ ਵੱਖਰੀ ਗੱਲ ਹੈ ਬਈ, ਕਿਉਂਕਿ ਅੱਜ ਕੱਲ੍ਹ ਜਿਹੜਾ ਨਾਰੀ ਹੈ ਵੱਧ ਸੁਤੰਤਰ ਹੋ ਚੁੱਕੀ ਹੈ, ਉਹ ਸੋਚਦੀ ਹੈ ਚਲੋ ਪਿਆਰ ਵਾਲਾ ਜਿਹੜਾ ਬੰਦਾ ਸੀ ਉਹ ਢੰਗ ਦਾ ਨਹੀਂ ਮਿਲਿਆ, ਜੇ ਕੋਈ ਢੰਗ ਦਾ ਮਿਲ ਰਿਹਾ ਜਿਹਦੇ ਨਾਲ ਵਿਆਹ ਹੋ ਰਿਹਾ ਉਹ ਢੰਗ ਦਾ ਬੰਦਾ, ਚਲੋ ਚੰਗੇ ਬੰਦੇ ਹੈਗੇ ਹੈ, ਚੰਗੇ ਸੈਟਲ ਵੈਲ ਸੈਟਲਡ ਬੰਦੇ ਹੈ, ਤਾਂ ਅਗਲੇ ਕਹਿੰਦੇ ਇਹਨੂੰ ਛੱਡੋ ਪਰਾ ਉੱਥੇ ਚੱਲ ਜਾਂਦੇ ਹੈ ਅਤੇ ਉਹ ਅਗਲੇ ਚਲੇ ਜਾਂਦੇ ਆ। ਤਾਂ ਹਰ ਕੋਈ ਇੱਕ ਆਪਣਾ ਹੁਣ ਬਿਹਤਰ ਕਰਨਾ ਚਾਹੁੰਦਾ ਜ਼ਿੰਦਗੀ ਨੂੰ, ਉਹ ਕੋਈ ਗਲਤ ਨਹੀਂ ਕਰ ਰਿਹਾ ਹੁੰਦਾ। ਪਰੰਤੂ ਜੇ ਆਪਾਂ ਇਸ ਕਹਾਣੀ ਨੂੰ ਅਗਰ ਕਹੀਏ ਤਾਂ ਕਾਂਤਾ ਗਰੋਵਰ ਚੰਦ ਦੀ ਆਦਰਸ਼ਕ ਪ੍ਰੇਮ ਦੇ ਪਿੱਛੇ ਪਰ ਨਹੀਂ ਮਿਲਦਾ, ਫਿਰ ਉਹ ਕਹਿੰਦੇ ਚਲੋ ਆਪਣੀ ਕੁੜੀ ਨੂੰ ਮਿਲ ਜਾਵੇ, ਉਹਦੀ ਕੁੜੀ ਹੈ ਦੋਹਰੀ ਜ਼ਿੰਦਗੀ ਜੀ ਰਹੀ ਹੈ ਬਈ, ਪਰ ਉਸ ਚੀਜ਼ ਦਾ ਉਹਨੂੰ ਅਫਸੋਸ ਨਹੀਂਗਾ। ਜਿਹਨੂੰ ਅਫਸੋਸ ਸੀਗਾ ਕੋਈ ਦਿੱਕਤ ਨਹੀਂ, ਜਿਹਨੂੰ ਅਫਸੋਸ ਹੈ ਵਿਚਾਰਾ ਅਫਸੋਸ 'ਚ ਕੁੜਦਾ ਰਹਿੰਦਾ ਹੈਗਾ। ਉਹ ਆਪਣੀ ਆਪਣੀ ਮਨੋਬਿਰਤੀ ਹੁੰਦੀ ਹੈ, ਤੁਸੀਂ ਕਿਸ ਮਨੋਬਿਰਤੀ ਕਿਸ ਅਵਸਥਾ ਦੇ ਵਿੱਚ ਜੀਨੇ ਹੋ ਇਹ ਤੁਹਾਡਾ ਹੈ ਭਾਈ। ਤੇ ਇਸ ਦੇ ਉੱਤੇ ਤੁਹਾਨੂੰ ਦੱਸ ਹੀ ਦਿੱਤਾ ਮੈਂ, ਚੇਤਨਾ ਪ੍ਰਵਾਹ ਹੈ ਔਰ ਇਹਦੇ ਉੱਤੇ ਪ੍ਰਭਾਵ ਜਿਹੜਾ ਪਿਆ ਜਾਇਸ ਤੇ ਵਰਜੀਨੀਆ ਵੁਲਫ ਦਾ ਉਹਦੇ ਉੱਤੇ ਪ੍ਰਭਾਵ ਹੈ, ਉਹ ਚੇਤਨਾ ਪ੍ਰਵਾਹ ਸ਼ੈਲੀ ਦੀ ਇਹਦੇ 'ਚ ਵਰਤੋਂ ਕੀਤੀ ਹੈ। ਹੁਣ ਉਸ ਤੋਂ ਬਾਅਦ ਅਗਰ ਗੱਲ ਕਰੀਏ ਰੇਤ ਛੰਦ, ਅਗਲਾ ਜਿਹੜਾ ਨਾਵਲ ਹੈ ਇਹਦਾ, ਰੇਤ ਛਲ, ਠੀਕ ਹੈ। ਇਸ ਤੋਂ ਪਹਿਲਾਂ ਜਿਹੜਾ ਨਾਵਲ ਪੜ੍ਹਿਆ ਤ੍ਰੇੜਾਂ ਦੇ ਰੂਪ, ਉਹਦੇ ਤ੍ਰੇੜਾਂ ਦੇ ਰੂਪ ਦੱਸੇ, ਕਿੰਨੀਆਂ ਤ੍ਰੇੜਾਂ ਹੈ ਦੇਖੋ ਜੀਵਨ ਦੇ ਅੰਦਰ, ਕਿੰਨੀਆਂ ਤ੍ਰੇੜਾਂ ਹੈ, ਉਸਦੇ ਰੂਪ ਅਗਲੇ ਨੇ ਦੱਸੇ ਹੈ। ਹੁਣ ਅਗਲਾ ਗੱਲ ਕਰੀ ਰੇਤ ਛਲ, ਜਿਹੜਾ ਰੇਤ ਛਲ ਹੈ ਨਾਵਲ, ਇਸ ਦੀਆਂ ਨਾਵਲ ਦਾ ਪਾਤਰ ਹੈ ਭਾਈ ਦਿਲਜੀਤ। ਉਹ ਨਿਮਨ ਮੱਧ ਅਤੇ ਉੱਚ ਸ਼੍ਰੇਣੀ ਦੇ ਵਿਰੋਧ ਦੇ ਵਿਚਕਾਰ ਲਟਕ ਰਿਹਾ ਹੈ, ਨਿਮਨ ਮੱਧ ਸ਼੍ਰੇਣੀ ਤੇ ਉੱਚ ਸ਼੍ਰੇਣੀ ਦੇ ਵਿਰੋਧ ਦੇ ਵਿਚਕਾਰ ਲਟਕ ਰਿਹਾ ਹੈ ਪਾਤਰ ਦਿਲਜੀਤ। ਕਿਉਂਕਿ ਉਹਦੇ ਜੀਵਨ ਦੇ ਵਿੱਚ ਦੋ ਜਨਾਨੀਆਂ ਹੈ ਬਈ, ਦੋ ਜਨਾਨੀਆਂ, ਨਿਰੰਜਨ ਤਸਨੀਮ ਦੇ ਸਾਰੇ ਨਾਵਲ ਦੇ ਅੰਦਰ ਆਈ ਕਹਾਣੀ ਹੈ ਜਿਹੜੀ ਅੱਜ ਕੱਲ੍ਹ ਨਾਟਕਾਂ ਚੱਲ ਰਹੀ ਹੈ। ਕਿਉਂਕਿ ਜਿਹੜੇ ਵੱਡੇ ਲਿਖਾਰੀ ਹੈ ਨਾ, ਇਹਨਾਂ ਨੇ ਆਹ ਚੀਜ਼ਾਂ ਲਿਖੀਆਂ, ਹਿੱਟ ਹੋਈਆਂ, ਬਸ ਨਾਟਕ ਵਾਲਿਆਂ ਨਕਲ ਮਾਰ ਲਈ, ਉਹ ਚੱਕਤਾ ਬਈ ਕੰਮ। ਇਹਨੇ ਨਾਵਲ ਸਾਰੇ ਹੀ ਐਵੇਂ ਹੈ, ਇੱਕ ਜਨਾਨੀ ਹੈ, ਦੋ ਬੰਦੇ ਹੈ, ਤਿੰਨ ਬੰਦੇ ਹੈ, ਸਾਰਿਆਂ ਨੂੰ ਪੋਗ ਰਹੀ ਹੈ, ਕੋਈ ਦਿੱਕਤ ਹੈ, ਕਈਆਂ ਨੂੰ ਦਿੱਕਤ ਹੈਗੀ ਹੈ, ਦਿੱਕਤ ਹੈ, ਉਹਨੇ ਦਿੱਕਤ ਵਾਲੀ ਦਾਸਤਾਨ ਲਿਖਤੀ, ਹੁਣ ਉਹਦੀ ਕੁੜੀ ਸੀ ਉਹਨੂੰ ਕੋਈ ਦਿੱਕਤ ਨਹੀਂ, ਚਲੋ ਜੀ ਉਹਦੀ ਲਿਖਤੀ। ਆਪਣਾ ਆਪਣਾ ਉਹ ਸਿਸਟਮ ਹੈ, ਨਾਵਲਕਾਰ ਹੈ ਜਿਹੜੇ ਉਹ ਵੱਧ ਇਸ ਚੀਜ਼ ਨੂੰ ਖੁੱਲ੍ਹੇਪਨ ਦੇ ਰੂਪ ਦੇ ਵਿੱਚ ਦੇਖਦੇ ਹੈ, ਉਹਨਾਂ ਦੀ ਆਪਣੀ ਇੱਕ ਸੋਚ ਹੈ। ਆਪਾਂ ਗੱਲ ਕਰੀਏ ਹੁਣ ਰੇਤ ਛਲ ਦੀ, ਰੇਤ ਛਲ 'ਚ ਕੀ ਹੈ, ਰੇਤ ਛਲ ਪਈ, ਛਲਾਵਾ, ਛਲਾਵੇ ਤੋਂ ਸੰਬੰਧਿਤ ਹੈ। ਨਾਵਲ ਦਾ ਪਾਤਰ ਦਲਜੀਤ ਹੈ, ਉਹ ਨਿਮਨ ਮੱਧ ਸ਼੍ਰੇਣੀ ਤੇ ਉੱਚ ਮੱਧ ਸ਼੍ਰੇਣੀ ਦੇ ਵਿਰੋਧ ਦੇ ਵਿੱਚ ਲਟਕ ਰਿਹਾ ਹੈ। ਇਹਦੇ ਵਿੱਚ ਕੀ ਹੈ, ਰੋਸੀ ਤੇ ਅਮ੍ਰਿਤਾ ਦੋ ਜਨਾਨੀਆਂ ਹੈ, ਦੋ ਸਨਾਨੀਆਂ, ਉਹ ਕਿਸੇ ਨੂੰ ਵੀ ਪ੍ਰਾਪਤ ਕਰਨ ਵਿੱਚ ਸਫਲ ਨਹੀਂ ਹੋ ਪਾਉਂਦਾ, ਦੋਨਾਂ 'ਚੋਂ ਦੋਨਾਂ ਨੂੰ ਵੀ ਪ੍ਰਾਪਤ ਨਹੀਂ ਕਰ ਸਕਦਾ ਬੇਟਾ। ਨਾਵਲਕਾਰ ਤੇ ਉਸਦੀ ਅਸਫਲਤਾ ਨੂੰ ਉਸਦੇ ਆਦਰਸ਼ ਅਤੇ ਕਠੋਰ ਹਕੀਕਤਾਂ ਵਿੱਚੋਂ ਉਸਦੀ ਹੀਣਤਾ ਦਾ ਭਾਵ ਹੈ ਜਿਹੜਾ ਮਾਨਸਿਕ ਟਕਰਾਓ ਦੇ ਵਿੱਚ ਉਲੀਕਿਆ, ਕਿਵੇਂ ਉਹ ਵਿਰੋਧ ਹੋ ਰਿਹਾ ਬਈ ਉੱਚ ਸ਼੍ਰੇਣੀ ਦੇ ਵਿੱਚ ਔਰ ਨਿਮਨ ਮੱਧ ਸ਼੍ਰੇਣੀ ਦੇ ਅੰਦਰ, ਔਰ ਦੋਨਾਂ ਕੁੜੀਆਂ ਦੇ ਵਿੱਚ ਸਮਝ ਲਓ ਕਿ ਇੱਕ ਰੋਸੀ ਹੈ ਇੱਕ ਅਮ੍ਰਿਤਾ ਹੈ, ਉਹਦੇ ਵਿੱਚੋਂ ਲਟਕ ਰਹੇ ਹੈ। ਔਰ ਉਸ ਚੱਕਰ 'ਚ ਬਈਆ ਕਿਸੇ ਇੱਕ ਮਗਰ ਲੱਗ ਜਾਂਦਾ ਤਾਂ ਕੀ ਪਤਾ ਸਰ ਜਾਂਦਾ, ਦੋਨੋਂ ਦੇ ਹੱਥ 'ਚੋਂ ਨਿਕਲ ਗਈਆਂ, ਕਹਾਣੀ ਦੀ ਆਈ ਹੈ, ਔਰ ਉਹ ਜਿਹੜਾ ਵਿਰੋਧ ਹੈ ਵਿੱਚ ਉਹਨੂੰ ਦਰਸਾਇਆ ਗਿਆ ਹੈ, ਮੂਵਿੰਗ ਹੈ ਜਿਹੜੀ ਵਾਰ ਵਾਰ ਉਸਨੂੰ ਦਰਸਾਈ ਗਈ ਹੈ, ਬਸ ਇਹ ਇਹਦੀ ਕਹਾਣੀ ਹੈ। ਪ੍ਰਤੀਕਾਤਮਕ ਵਿਧੀ ਦਾ ਪ੍ਰਯੋਗ ਕਰਦੇ ਹੋਏ ਨਾਵਲ ਵਿੱਚ ਪਿਆਰ ਦੇ ਵਿਸ਼ੇ ਨੂੰ ਹੀ ਇੱਕ ਹੱਦ ਤੱਕ ਛੋਹਿਆ ਗਿਆ ਹੈ, ਪਿਆਰ ਦੇ ਵਿਸ਼ੇ ਨੂੰ ਛੋਹਿਆ ਬਈ, ਇੱਕ ਬੰਦਾ ਦੋ ਜਨਾਨੀਆਂ ਇਸ ਵਾਰ ਆ ਗਈਆਂ, ਐਵੇਂ ਵਿੱਚ ਲਟਕ ਰਹੇ ਹੈ, ਗੱਲ ਨਹੀਂ ਬਣੀ, ਬਸ ਕੁਛ ਨਹੀਂ ਹੋਇਆ। ਫਿਰ ਹਨੇਰਾ ਹੋਣ ਤੱਕ, ਆ ਲਓ ਜੀ ਹਨੇਰਾ ਹੋਣ ਤੱਕ, ਇੱਥੇ ਹਨੇਰਾ ਹੋਣ ਤੱਕ ਅਗਲਾ ਜਿਹੜਾ ਨਾਵਲ ਹੈ, ਹਨੇਰਾ ਹੋਣ ਤੱਕ ਉਸ ਦੀ ਆਪਾਂ ਗੱਲ ਕਰੀਏ। ਇਸ ਵਿੱਚ ਲਿੰਗ ਸੰਬੰਧਾਂ ਦੀ ਅਪਰਾਧ ਭਾਵਨਾ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਇੱਕ ਹਰੇ ਬਿਰਤਾਂਤ ਸੀ, ਇੱਕ ਹਰੇ ਬਿਰਤਾਂਤ ਦੀ ਦੋਹਰੀ ਪੇਸ਼ਕਾਰੀ ਕੀਤੀ ਹੈ ਇਹਦੇ ਵਿੱਚ, ਜਿਵੇਂ ਇੱਕ ਨਾਵਲ ਦੀ ਦੋ ਦੋ ਸਟੋਰੀਆਂ ਚੱਲਦੀਆਂ ਇਕੱਠੀਆਂ ਪਈ, ਉਹ ਤਿੰਨ ਇੱਕ ਹਰਾਈ ਹੈ ਡਬਲ ਸਟੋਰੀ 'ਚ। ਇਹ ਨਾਵਲ ਵਿੱਚ ਸੈਕਸ ਨੂੰ ਮਨੁੱਖ ਦੀ ਇੱਕ ਸਹਿਜ ਲੋੜ ਦੱਸਿਆ ਹੈ, ਵੀ ਜ਼ਰੂਰਤ ਹੈ ਸੈਕਸ, ਬੰਦੇ ਦੀ ਜ਼ਰੂਰਤ ਹੈ ਇਸ ਨੂੰ, ਹੋਰ ਬਿਨਾਂ ਕਿਸੇ ਅਪਰਾਧ ਭਾਵਨਾ ਦੇ ਪੇਸ਼ ਕੀਤਾ ਹੈ, ਜਿਹੜਾ ਕਿ ਅੱਜ ਕੱਲ੍ਹ ਵੇਖਣ ਨੂੰ ਆ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਵੇਂ ਆਵੇਗਾ। ਅਗਰ ਕਿਸੇ ਦੇ ਕਿਸੇ ਨਾਲ ਸੰਬੰਧ ਹੈ ਤਾਂ ਉਹ 'ਚ ਕੋਈ ਅਪਰਾਧ ਭਾਵਨਾ ਨਹੀਂ ਹੈ, ਉਹ ਕਹਿੰਦਾ ਕੋਈ ਨਹੀਂ ਮੈਂ ਇੰਜੋਏ ਕਰ ਰਿਹਾ,
ਮੈਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ। ਤੇ ਇਸ ਤਰੀਕੇ ਦਾ ਸੰਕਲਪ ਲੈ ਕੇ ਇਸ ਨਾਵਲ ਦੇ ਅੰਦਰ ਉਹ ਚੱਲਿਆ। ਐਂਡ ਵਿੱਚ ਕੀ ਹੈ ਕਿ ਫ੍ਰਾਇਡ ਦਾ ਜਿਹੜਾ ਕੇਂਦਰੀ ਸੰਕਲਪ ਹੈ ਇੰਡੀਪਸ ਕੰਪਲੈਕਸ। ਇੰਡੀਪਸ ਕੰਪਲੈਕਸ ਕੀ ਹੁੰਦਾ ਹੈ? ਇੰਡੀਪਸ ਕੰਪਲੈਕਸ 'ਚ ਇਹ ਹੁੰਦਾ ਕਿ ਆਪਣੇ ਬੱਚੇ ਜਾਂ ਬੱਚੀ ਕਿਸੇ ਦੂਸਰੇ ਦੀ ਵੀ ਹੋ ਸਕਦੀ ਹੈ, ਬੱਚੇ ਜਾਂ ਬੱਚੀ ਨਾਲ ਸੰਬੰਧ ਬਣਾਉਣਾ। ਠੀਕ ਹੈ ਬਈ, ਜਿਵੇਂ ਕਿ ਲੂਣਾ ਸੀ ਜਿਹੜੀ ਪੂਰਨ ਭਗਤ ਦੇ ਕਿਸੇ 'ਚ ਲੂਣਾ ਸੀ ਜਿਹੜੀ ਉਹ ਪੂਰਨ ਨਾਲ ਸੰਬੰਧ ਬਣਾਉਣਾ ਚਾਹੁੰਦੀ ਸੀ। ਇੰਡੀਪਸ ਕੰਪਲੈਕਸ ਸਾਈਕੋਲੋਜੀ ਦਾ, ਇਲੈਕਟਰਾ ਬਰਾਬਰ ਦੇ ਪੈਰਲ ਚੱਲੇ ਤਾਂ ਇਲੈਕਟਰਾ ਹੈ ਬਈ। ਤੇ ਇਹਦੇ ਵਿੱਚ ਕੀ ਹੈ ਕਿ ਦੇਖੋ ਹੁਣ ਇੰਡੀਪਸ ਕੰਪਲੈਕਸ ਹੋਇਆ, ਇਲੈਕਟਰਾ ਨੂੰ ਆਪਾਂ ਸਮਝ ਲਿਆ, ਤੇ ਆਪਣੇ ਦਿਮਾਗ 'ਚ ਚੀਜ਼ ਆਏਗੀ। ਹੁਣ ਇਹਦੇ ਵਿੱਚ ਕੀ ਹੈ ਕਿ ਨਾਵਲ ਦਾ ਪਾਤਰ ਨਰਿੰਦਰ ਹੈ, ਨਰਿੰਦਰ ਸਿੰਘ ਹੈ ਜਿਹੜਾ ਉਹ ਨਿਮਨ ਮੱਧ ਸ਼੍ਰੇਣੀ ਦਾ ਹੈ। ਉਹ ਨਿਮਨ ਮੱਧ ਸ਼੍ਰੇਣੀ ਤੋਂ ਉੱਚ ਮੱਧ ਸ਼੍ਰੇਣੀ ਵਿੱਚ ਦਾਖਲ ਹੋ ਜਾਂਦਾ ਹੈ, ਨਿਮਨ ਸ਼੍ਰੇਣੀ ਤੋਂ ਉੱਚ ਮੱਧ ਸ਼੍ਰੇਣੀ ਚਲੇ ਜਾਂਦਾ ਹੈ ਉਹ। ਮਤਲਬ ਚੰਗੇ ਦਿਨ ਆ ਜਾਂਦੇ, ਅਗਲੇ ਦੇ ਕੰਮ ਧੰਦਾ ਚੰਗਾ ਚੱਲ ਜਾਂਦਾ, ਉਹ ਚੰਗੇ ਚਲਾ ਜਾਂਦਾ। ਹੁਣ ਉਹਦੀ ਇੱਕ ਲਾਲਸਾ ਹੈ ਭਾਈ, ਨਿਮਨ ਮੱਧ ਸ਼੍ਰੇਣੀ ਤੋਂ ਉੱਚ ਮੱਧ ਸ਼੍ਰੇਣੀ ਦੇ ਵਿੱਚ ਲਗਾਤਾਰ ਪ੍ਰਯਾਸ ਰਹਿੰਦਾ, ਉਹ ਜਾਵੇ ਔਰ ਉਸ ਸ਼੍ਰੇਣੀ ਚਲਾ ਜਾਂਦਾ। ਤਾਂ ਉਹ ਜਿਹੜੀ ਉਹਦੀ ਨਿਮਨ ਮੱਧ ਸ਼੍ਰੇਣੀ ਤੋਂ ਉੱਚ ਮੱਧ ਸ਼੍ਰੇਣੀ ਵਿੱਚ ਦਾਖਲ ਹੋਣ ਦੀ ਲਾਲਸਾ ਅਧੀਨ ਉਹ ਆਪਣੇ ਪੱਧਰ ਦੇ ਪਾਤਰਾਂ ਤੋਂ ਨਿਰਲੇਪ ਦੇ ਆਦਰਸ਼ਕ ਪਿਆਰ ਨੂੰ ਵਿਸਾਰ ਕੇ ਉੱਚ ਸ਼੍ਰੇਣੀ ਦੀਆਂ ਪਾਤਰ, ਉੱਚ ਸ਼੍ਰੇਣੀ ਦੇ ਜਿਹੜੇ ਪਾਤਰ ਹੈ ਮਿਸੇਜ ਕੌਂਥ ਅਤੇ ਉਸਦੀ ਧੀ ਡੋਲੀ ਨਾਲ ਕਾਮ ਸੰਬੰਧਾਂ ਦੀ ਖੁਸ਼ੀ ਵਿੱਚ ਖੇਡ ਰਿਹਾ ਹੈ। ਦੇਖੋ ਇੰਡੀਪੈਕਸ ਕੰਪਲੈਕਸ ਵੀ ਹੋ ਗਿਆ ਵੀ ਉਹ ਜਨਾਨੀ ਔਰ ਉਸਦੀ ਕੁੜੀ ਨਾਲ ਵੀ ਦੋਨਾਂ ਨਾਲ ਸੰਬੰਧ ਇਸ ਕਦਰ ਖਚਿਤ ਹੋ ਜਾਂਦਾ ਕਿ ਅਖੀਰ ਵਿੱਚ ਨਰਵਸ ਬ੍ਰੇਕ ਡਾਊਨ ਦੀ ਸਥਿਤੀ ਵਿੱਚ ਚਲਾ ਜਾਂਦਾ ਹੈ ਬਈ, ਬ੍ਰੇਨ ਡਾਊਨ ਦੀ ਸਥਿਤੀ ਵਿੱਚ ਚਲਾ ਜਾਂਦਾ ਹੈ। ਹੁਣ ਕਹਾਣੀ ਕੀ? ਕਹਾਣੀ ਬੜੀ ਸਿੰਪਲ ਜੀ ਹੈ। ਇੱਕ ਬੰਦਾ ਉਹ ਬਈ ਕਿਸੇ ਜਨਾਨੀ ਨਾਲ ਪਿਆਰ ਕਰਦਾ, ਜਨਾਨੀ ਨਾਲ ਤਾਂ ਉਹਦੇ ਸੰਬੰਧ ਹੈ ਹੀ ਹੈ, ਉਸ ਜਨਾਨੀ ਦੀ ਕੁੜੀ ਨਾਲ ਵੀ ਉਹਦੇ ਸੰਬੰਧ ਹੈਗੇ ਹੈ। ਹੁਣ ਇਸ ਨੂੰ ਲੈ ਕੇ ਉਹ ਨਰਵਸ ਬ੍ਰੇਕ ਡਾਊਨ ਦੇ ਅੰਦਰ ਚਲਾ ਜਾਂਦਾ। ਇੰਨੀ ਜੀ ਕਹਾਣੀ ਹੈ ਜੇ ਸੰਖੇਪ ਰੂਪ ਦੇ ਵਿੱਚ ਅਗਰ ਮੈਂ ਕਹਾਂ ਤਾਂ। ਔਰ ਅਜਿਹੀਆਂ ਕਹਾਣੀਆਂ ਤੁਸੀਂ, ਮੈਂ ਸਾਰੀਆਂ ਨਾਵਲ, ਜਿਹੜੇ ਨਾਵਲ ਜਿੰਨੇ ਵੀ ਦੱਸੇ ਆ ਤੁਸੀਂ ਦੇਖਿਆ ਹੋਵੇਗਾ, ਹਾਂਜੀ ਨਿਰਮਲਾ ਜੀ ਤੁਸੀਂ ਦੁਬਾਰਾ ਇਸ ਪ੍ਰਸ਼ਨ ਨੂੰ ਦੁਬਾਰਾ ਕਰੋ ਬਾਈ, ਡਾਊਨ ਸੈਸ਼ਨ 'ਚ ਇਹਦਾ ਜਵਾਬ ਦੇਵਾਂਗੇ ਬਾਈ। ਬਿਲਕੁਲ ਪ੍ਰਸ਼ਨ ਨੂੰ ਦੁਬਾਰਾ ਸਪਸ਼ਟ ਰੂਪ 'ਚ ਲਿਖੋ। ਹਾਂਜੀ ਅਗਲਾ ਨਾਵਲ ਹੈ ਇੱਕ ਹੋਰ ਨਵਾਂ ਸਾਲ, ਇੱਕ ਹੋਰ ਨਵਾਂ ਸਾਲ ਬਾਈ, ਇੱਕ ਹੋਰ ਨਵਾਂ ਸਾਲ। ਇਸ ਵਿੱਚ ਕੀ ਹੁੰਦਾ ਹੈ ਕਿ ਰਿਕਸ਼ਾ ਚਾਲਕ ਦੇ ਕਠੋਰ ਜੀਵਨ ਨਾਲ ਹਮਦਰਦੀ ਦੀ ਪੇਸ਼ਕਾਰੀ ਕੀਤੀ ਹੈ। ਇਸ ਵਿੱਚ ਇੱਕ ਰਿਕਸ਼ਾ ਚਾਲਕ ਪਾਤਰ ਬੰਤੇ ਦੀ ਚੇਤਨਾ ਪ੍ਰਵਾਹ ਭਾਵ ਉਸਦੀ ਮਨ ਚੇਤਨਾ ਪ੍ਰਵਾਹ ਤੁਹਾਨੂੰ ਦੱਸਿਆ ਤਾਂ ਮੈਂ, ਚੇਤਨਾ ਪ੍ਰਵਾਹ ਉਹਦੀ ਅੰਦਰੂਨੀ ਮਨੋਵਚਨੀ ਉਸਦੀ ਮਾਨਸਿਕਤਾ ਦੇ ਦੁੰਦਾਂ ਨੂੰ ਉਸਦੇ ਸੁਪਨਿਆਂ ਅਤੇ ਕਰੜੀ ਮਸ਼ਕਤ ਦੇ ਬਾਵਜੂਦ ਜਿਹੜੀ ਉਹਦੀ ਗਰੀਬੀ ਹੈ ਆਰਥਿਕਤਾ ਦੇ ਪਾੜੇ ਰਾਹੀਂ ਉਜਾਗਰ ਕੀਤਾ ਹੈ। ਲੇਖਕ ਨੇ ਪਹਿਲੀ ਵਾਰ, ਉਸ ਲੇਖਕ ਨੇ ਬਈ, ਲੇਖਕ ਦੀ ਹੈ, ਲੇਖਕ ਦੀ ਪਹਿਲੀ ਵਾਰ, ਲੇਖਕ ਨੇ ਹਜੇ ਤੱਕ ਨਾਵਲ ਲਿਖਿਆ ਉਸ ਤੋਂ ਦੇਖੋ ਥੋੜ੍ਹਾ ਵੱਖਰਾ ਨਾਵਲ ਹੈ। ਇਸ ਵਿੱਚ ਕੀ ਕੀਤਾ, ਮਜ਼ਦੂਰਾਂ ਦੇ ਜੀਵਨ ਨੂੰ ਦਰਸਾਉਣ ਵਾਲਾ ਇੱਕ ਸਮਾਜਿਕ ਨਾਵਲ ਦੀ ਰਚਨਾ ਕੀਤੀ ਹੈ ਉਸਨੇ। ਔਰ ਇਸ ਤਰ੍ਹਾਂ ਇਹ ਨਾਵਲ ਅਸਾਮੀ ਆਰਥਿਕ ਵੰਡ ਵਿੱਚੋਂ ਉਪਜੇ ਇੱਕ ਵਿਅਕਤੀ ਦੇ ਦੁਖਾਂਤ ਰਾਹੀਂ ਪੂਰੀ ਸ਼੍ਰੇਣੀ ਦੇ ਦੁਖਾਂਤ ਨੂੰ ਸਿਰਜਿਆ ਹੈ ਭਾਈ ਇਸਨੇ, ਨਿਰੰਜਨ ਤਸਨੀਮ ਨੇ। ਉਹਦੇ ਲਈ ਇੱਕ ਹੋਰ ਨਵਾਂ ਸਾਲ ਚੜ ਜਾਂਦਾ, ਗਰੀਬ ਬੰਦਾ ਹੁੰਦਾ, ਇੱਕ ਹੋਰ ਨਵਾਂ ਸਾਲ ਚੜ ਜਾਂਦਾ ਬਈ, ਕੁਛ ਨਹੀਂ ਬਣਦਾ। ਇਸ ਤੋਂ ਪਹਿਲਾਂ ਜਿਹੜਾ ਨਾਵਲ ਸੀ ਹਨੇਰਾ ਹੋਣ ਤੱਕ, ਇਹਦੇ ਵਿੱਚ ਹਨੇਰੇ ਹੋਣ ਤੱਕ ਉਡੀਕਦਾ, ਕਦੇ ਬਈ ਮਾਦਰ ਕਦੇ ਧੀਦਰ। ਇਸ ਤੋਂ ਅੱਗੇ ਇੱਕ ਹੋਰ ਨਵਾਂ ਸਾਲ, ਰਿਕਸ਼ੇ ਚਾਲਕ ਦੀ ਜ਼ਿੰਦਗੀ 'ਚ ਭਾਵਾਂ ਇੱਕ ਹੋਰ ਨਵਾਂ ਸਾਲ ਆ ਜੇ, ਹੋਰ ਆ ਜੇ ਹਾਂਜੀ ਆ ਨਾਵਲ ਹੈ ਜਿਹੜੇ ਨਾ ਕੀ ਕਹਿੰਦੇ ਆ ਕਿ ਇਹਨਾਂ ਦੀ ਜਿਹੜੀ ਸੰਖੇਪ ਹੈ ਸਾਰੇ ਨਾਵਲ ਹੈ ਨਾ ਜਿਹੜੀ,
ਉਹਦੀ ਸੰਖੇਪ 'ਚ ਚਰਚਾ ਹੈ ਜਿਹੜੀ ਉਹ ਮੈਂ ਦੇਖੀ ਹੈ ਬਈ, ਤਾਂ ਕਰਕੇ ਉਸ ਆਧਾਰ 'ਤੇ ਸੰਖੇਪ ਚਰਚਾ ਸੰਖੇਪ ਸਾਰ ਮਿਲ ਜਾਂਦਾ ਬਈ ਉਹਨੂੰ ਪੜ੍ਹ ਕੇ, ਔਰ ਉਸ ਆਧਾਰ 'ਤੇ ਤੁਹਾਨੂੰ ਮੈਂ ਦੱਸ ਰਿਹਾ। ਇਸ ਕਾਰਨ ਹੈ ਪੂਰੀ ਪੁਸ਼ਟੀ ਕਰਦੇ ਹੋਏ ਤੁਹਾਨੂੰ ਇਹ ਦੱਸਤਾ ਸਾਰਾ ਨਾਵਲ ਤੇ, ਨਾਵਲ ਤਾਂ ਤੁਸੀਂ ਕੀ ਪੜੋਗੇ, ਇਹ ਆਪਣੇ ਬਾਈ ਨੇਮ ਹੈ ਬਈ, ਬਾਈ ਨੇਮ ਹੈ ਤਾਂ ਕਰਕੇ ਇਹਦਾ ਸਾਰਾ ਕੁਝ ਦੱਸਿਆ ਬਈ ਤੁਹਾਨੂੰ, ਤਾਂ ਕਰਕੇ ਠੀਕ ਹੈ ਜੀ, ਤਾਂ ਕਰਕੇ ਕਿਉਂਕਿ ਮੈਂ ਚਾਹੁੰਦਾ ਕਿ ਜੋ ਵੀ ਰਾਈਟਰ ਹੈ ਅਗਰ ਉਹਦੇ ਨਾਵਲਾਂ ਦੇ ਬਾਰੇ ਆਪਾਂ ਜਾਣੂ ਹੋ ਜਾਂਦੇ ਹਾਂ, ਦੇਖੋ ਹਰ ਇੱਕ ਦੀ ਸਟੋਰੀ ਪਤਾ ਲੱਗ ਗਈ, ਤੁਹਾਨੂੰ ਤੁਸੀਂ ਸਟੋਰੀ ਸੁਣ ਲਈ ਨਾਵਲਾਂ ਦੀ, ਠੀਕ ਹੈ। ਨਿਰੰਜਨ ਤਸਨੀਮ ਦਾ ਆਪਣੇ ਨਾਮ ਵੀ ਲਿਖਿਆ ਹੋਇਆ, ਤੇ ਜਦੋਂ ਆਪਾਂ ਉਹਨਾਂ ਸਟੋਰੀਆਂ ਤੋਂ ਜਾਣੂ ਹੋ ਗਏ ਬਈ, ਤੇ ਜਾਣੂ ਹੋਣ ਤੋਂ ਬਾਅਦ ਕੀ ਹੁੰਦਾ ਕਿ ਆਪਾਂ ਉਸ ਲਿਖਾਰੀ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ ਹਾਂ, ਉਹਦਾ ਅਕਸ਼ ਜਿਹੜਾ ਸਾਹਮਣੇ ਆਇਆ। ਹੁਣ ਨਿਰੰਜਨ ਤਸਨੀਮ ਨੇ ਜਿਹਨੇ ਨਾਵਲ ਲਿਖਿਆ ਆਪਾਂ ਨੂੰ ਪਤਾ ਲੱਗਿਆ ਬਈ ਇਸ ਬੰਦੇ ਨੇ ਜਿਹਨੇ ਨਾਵਲ ਲਿਖਿਆ ਨਾ, ਸਾਰੇ ਨਾਵਲਾਂ 'ਚ ਨੇ ਆਹ ਕਹਾਣੀ ਕੀਤੀ ਹੈ ਬਈ, ਇੱਕ ਬੰਦਾ ਦੋ ਜਨਾਨੀ ਹੈ, ਸਾਰੇ ਚੱਕਰ 'ਚ ਚੜੇ ਹੋਏ ਆ, ਜਾਂ ਇੱਕ ਜਨਾਨੀ ਹੈ ਉਹ ਕਈ ਬੰਦਿਆਂ ਦੇ ਚੱਕਰ 'ਚ ਹੈਗੀ ਹੈ, ਤੇ ਇਸ ਤਰੀਕੇ ਨਾਲ ਉਹਨੇ ਦੱਸਿਆ ਹੋਇਆ ਹੈ। ਉਹ ਜਿਹੜਾ ਦੁੰਦ ਜੀਰੀ ਹੈ ਜਾਂ ਉਹ ਜਿਹੜੀ ਖੁਸ਼ੀ ਮਨਾ ਰਹੀ ਹੈ, ਉਹ ਉਸ ਨੂੰ ਹਟਾਇਆ ਇਹਨੇ ਨਾਵਲਾਂ ਦੇ ਅੰਦਰ, ਜਾਂ ਉਹਨੂੰ ਕਿਸੇ ਤਰੀਕੇ ਦੀ ਕੋਈ ਪਰਵਾਹ ਹੀ ਨਹੀਂ ਬਈ, ਚੱਲ ਰਿਹਾ ਇੱਕ ਨਾਲ ਦੂਜੇ ਨਾਲ ਤੀਜੇ ਨਾਲ ਕੋਈ ਚੱਕਰ ਵਾਲੀ ਗੱਲ, ਉਸ ਤਰੀਕੇ ਦੇ ਨਾਵਲ ਇਸ ਦਾਇਰੇ ਦੇ ਅੰਦਰ ਇਹਦੇ ਨਾਵਲ ਚੱਲ ਰਹੇ ਹੈ। ਇੱਕ ਹੋਰ ਨਵਾਂ ਸਾਲ 'ਚ ਕੀ ਹੈ ਕਿ ਇੱਕ ਰਿਕਸ਼ਾ ਚਾਲਕ ਹੈ ਬੰਤਾ, ਮਨੋਬਚਨੀ 'ਚ ਉਸਦੀ ਮਾਨਸਿਕਤਾ ਦੇ ਦੁਬੰਧਾਂ ਨੂੰ ਉਸਨੇ ਸੁਪਨਿਆਂ ਅਤੇ ਕਰੜੀ ਮੁਸ਼ਕਤ ਦੇ ਬਾਵਜੂਦ ਬੜੀ ਮਿਹਨਤ ਕੀਤੀ, ਪਰੰਤੂ ਫਿਰ ਵੀ ਵਿਚਾਰੇ ਦਾ ਕੁਛ ਨਾ ਬਣਿਆ, ਫਿਰ ਵੀ ਕੁਛ ਨਹੀਂ ਬਣਿਆ ਭਾਈ ਉਸਦਾ। ਇਸ ਦੀ ਜਿਹੜੀ ਦਾਸਤਾਂ ਹੈ ਉਹ ਇੱਕ ਹੋਰ ਨਵਾਂ ਸਾਲ ਤੱਕ ਹੈ। ਹਾਂ ਬਈ, ਫਸਟ ਗੇਟ ਦੀ ਵੈਕੈਂਸੀ ਆ ਚੁੱਕੀ ਹੈ, ਉਸਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਮੈਂ ਇਹਦੇ ਵਿੱਚ ਆਉਂਦੇ ਹੀ ਵੈਕੈਂਸੀ ਤੁਹਾਡੇ ਗਰੁੱਪ ਦੇ ਅੰਦਰ ਪਾਤੀ ਸੀ ਭਾਈ, ਪਹਿਲਾਂ ਆਪਾਂ ਜਿਹੜਾ ਆਪਣੇ ਵਾਲਾ ਕੰਮ ਹੈ ਵਿੜਿਆ ਹੋਇਆ ਉਹਨੂੰ ਨਿਬੇੜ ਲਈਏ ਤੇ ਫਿਰ ਕਰਦੇ ਹਾਂ ਗੱਲ। ਜਦੋਂ ਸਵੇਰ ਹੋਈ ਇਸ ਤੋਂ ਪਹਿਲਾਂ ਗੱਲ ਕੀਤੀ ਸੀ ਇੱਕ ਹੋਰ ਨਵਾਂ ਸਾਲ, ਉਹਦੇ ਲਈ ਵਿਚਾਰਿਆ ਗਿਆ ਹੈ ਇੱਕ ਹੋਰ ਨਵਾਂ ਸਾਲ ਆ ਗਿਆ, ਹੋਰ ਨਵਾਂ ਸਾਲ ਆ ਗਿਆ, ਹੋਰ ਉਹਦਾ ਕੁਛ ਨਹੀਂ ਵਟਿਆ ਗਰੀਬ ਬੰਦੇ ਦਾ। ਹੁਣ ਕੀ, ਜਦੋਂ ਸਵੇਰ ਹੋਈ ਇਸ 'ਚ ਭਾਰਤ ਪਾਕ ਵੰਡ ਤੋਂ ਪਹਿਲਾਂ ਦੇ ਸਮਾਜਿਕ ਸੱਭਿਆਚਾਰਕ ਪ੍ਰਸਥਿਤੀਆਂ ਦਾ ਵਿਸ਼ਲੇਸ਼ਣ ਦੀ ਪੇਸ਼ਕਾਰੀ ਹੈ। ਹੁਣ ਦੇਖੋ ਨਾਵਲ ਦਾ ਸਿਸਟਮ ਥੋੜ੍ਹਾ ਜਿਹਾ ਬਦਲ ਚੁੱਕਿਆ ਬਈ, ਹੁਣ ਆਹ ਧਿਆਨ ਰੱਖਣਾ। ਜਿਹੜੇ ਇੱਕ ਹੋਰ ਨਵਾਂ ਸਾਲ ਦੀ ਸਟੋਰੀ ਅੱਡ ਹੈ, ਜਦੋਂ ਸਵੇਰ ਹੋਈ ਦੀ ਸਟੋਰੀ ਅੱਡ ਹੈ, ਗਵਾਚੇ ਅਰਥ ਦੀ ਸਟੋਰੀ ਅੱਡ ਹੈਗੀ ਹੈ। ਇਹਨਾਂ ਚੀਜ਼ਾਂ ਨੂੰ ਵੇਖਣਾ। ਹੁਣ ਗਵਾਚੇ ਅਰਥ ਨੂੰ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਕਿਉਂ ਮਿਲਿਆ? ਤੁਸੀਂ ਆਪਾਂ ਸਾਰੇ ਨਾਵਲਾਂ ਦੀ ਸਟੋਰੀ ਸੁਣ ਲਈ, ਹੁਣ ਜਦੋਂ ਆਪਾਂ ਸਟੋਰੀ ਸੁਣਾਂਗੇ ਗਵਾਚੇ ਅਰਥ ਦੀ, ਤੁਹਾਨੂੰ ਲੱਗੇਗਾ ਬਈ ਆਹ ਸਟੋਰੀ ਵਾਕਈ ਦਮਦਾਰ ਹੈਗੀ ਹੈ ਬਈ। ਉਸ ਤੋਂ ਪਹਿਲਾਂ ਆਪਾਂ ਕਰ ਰਹੇ ਹਾਂ ਜਦੋਂ ਸਵੇਰ ਹੋਈ ਦੀ ਸਟੋਰੀ। ਜਦੋਂ ਸਵੇਰ ਹੋਈ 'ਚ ਕੀ ਹੈ ਬਈ, ਸਵੇਰ ਹੋ ਗਈ ਮਤਲਬ ਇੱਥੇ ਗੱਲ ਕੀਤੀ ਹੈ ਭਾਰਤ ਪਾਕ ਵੰਡ ਤੋਂ ਪਹਿਲਾਂ ਦੇ ਸਮਾਜਿਕ ਸੱਭਿਆਚਾਰਕ ਪ੍ਰਸਥਿਤੀਆਂ ਦਾ ਵਿਸ਼ਲੇਸ਼ਣ। ਲਓ ਜੀ, ਜਦੋਂ ਸਵੇਰ ਹੋਈ, ਲਓ ਅੱਗੇ ਲਿਖਤਾ ਭਾਰਤ ਪਾਕ ਵੰਡ, ਜਾਂ ਲਿਖਤਾ ਅਣਵੰਡਾ ਪੰਜਾਬ, ਅਣ ਵੰਡਿਆ ਪੰਜਾਬ ਭਾਈ। ਇਹ ਇਸ ਦਾ ਅਗਰ ਆਪਾਂ ਗੱਲ ਕਰ ਦਈਏ ਜਦੋਂ ਸਵੇਰ ਹੋਈ ਅਣਵੰਡੇ ਪੰਜਾਬ ਦੀ, ਇਸ ਨਾਵਲ 'ਚ ਦੇਸ਼ ਵੰਡ ਤੋਂ ਪਹਿਲਾਂ ਦੀਆਂ ਸਮਾਜਿਕ ਸੱਭਿਆਚਾਰਕ ਪ੍ਰਸਥਿਤੀਆਂ ਦੀ ਪੇਸ਼ਕਾਰੀ ਹੈ। ਕਿਸ ਤਰੀਕੇ ਦਾ ਸਮਾਜਿਕ ਤਾਣਾ ਬਾਣਾ ਸੀ, ਕਿਸ ਤਰੀਕੇ ਦਾ ਲੋਕਾਂ ਦਾ ਸੱਭਿਆਚਾਰ ਸੀਗੀ, ਰਹਿਣੀ ਬਹਿਣੀ ਸੀ, ਉਸ ਦਾ ਪੇਸ਼ਕਾਰੀ ਕੀਤੀ ਗਈ ਹੈ, ਉਹਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਹੋਰ ਦੇਸ਼ ਵੰਡ ਦੀ ਘਟਨਾਵਾਂ ਨੂੰ ਪ੍ਰਮੁੱਖ, ਜਿਹੜਾ ਦੇਸ਼ ਵੰਡ ਦੀ ਘਟਨਾਵਾਂ ਦਾ ਪ੍ਰਮੁੱਖ ਸਥਾਨ ਸੀ ਅੰਮ੍ਰਿਤਸਰ ਸ਼ਹਿਰ ਨੂੰ ਬਣਾਇਆ ਹੈ, ਦੇਸ਼ ਵੰਡ ਦੀ ਅੰਮ੍ਰਿਤਸਰ ਸ਼ਹਿਰ ਨੂੰ ਉਹਦਾ ਬਣਾਇਆ ਹੈ ਭਾਈ, ਇਹਨਾਂ ਨੇ ਮੁੱਖ ਸਥਾਨ ਬਣਾਇਆ ਹੈ। ਇਹਦੇ ਵਿੱਚ ਕੀ ਗੱਲ ਹੈ, ਅਣਵੰਡੇ ਪੰਜਾਬ ਦੀ ਗੱਲ ਹੈ, ਹੋਰ ਨਾਲੇ ਦੇਸ਼ ਵੰਡ ਦੀ ਘਟਨਾ ਦੀ ਗੱਲ ਹੈ। ਦੇਸ਼ ਵੰਡ ਦੀ ਜਿਹੜੀ ਉਹ ਘਟਨਾ ਵਾਪਰੀ ਸੀ, ਉਸ ਦੀ ਗੱਲ ਜਦੋਂ ਸਵੇਰ ਹੋਈ ਦੀ ਗੱਲ ਹੈ ਬਈ। ਜਦੋਂ ਸਵੇਰ ਹੋਈ ਭਾਰਤ ਆਜ਼ਾਦ ਹੋਇਆ, ਉਹ ਅਣਵੰਡਾ ਪੰਜਾਬ, ਫਿਰ ਜਦੋਂ ਸਵੇਰ ਹੋਈ ਭਾਰਤ ਆਜ਼ਾਦ ਹੋਇਆ, ਫਿਰ ਉਹਦੀ ਕੀ ਦੁਰਦਸ਼ਾ ਹੋਈ ਬਈ ਪੰਜਾਬ ਦੀ, ਉਸ ਦੇਸ਼ ਵੰਡ ਦੀ ਘਟਨਾ ਹਾਲਾਤਾਂ ਦਾ ਵਰਣਨ ਹੈ ਇਹਦੇ ਵਿੱਚ ਕੀਤਾ ਗਿਆ ਹੈ। ਹੁਣ ਆਪਾਂ ਗੱਲ ਕਰੀਏ ਗਵਾਚੇ ਅਰਥ, ਗਵਾਚੇ ਅਰਥ ਸਿਕੁਅਲ ਹੈਗਾ ਜਦੋਂ ਸਵੇਰ ਹੋਈ ਦਾ ਅਗਲਾ ਭਾਗ, ਜਦੋਂ ਸਵੇਰ ਹੋਈ ਦਾ ਅਗਲਾ ਭਾਗ ਹੈ। ਔਰ ਜਦੋਂ ਅਗਲਾ ਭਾਗ ਹੈ, ਕਹਿਣ ਦਾ ਭਾਵ ਕਿ ਹੁਣ ਭਾਰਤ ਦੇਸ਼ ਆਜ਼ਾਦ ਹੋ ਗਿਆ, ਆਜ਼ਾਦ ਹੋਣ ਤੋਂ ਬਾਅਦ ਪਹਿਲਾਂ ਤਾਂ 47 ਹੰਢਾਈ,
ਜਦੋਂ ਸਵੇਰ ਹੋਈ ਦੇ ਵਿੱਚ ਹੁਣ ਗਵਾਚੇ ਅਰਥ ਲੋਕਾਂ ਨੇ 84 ਅੰਡਾਈ 84 ਦੇ ਵਿੱਚ ਜੋ ਲੋਕਾਂ ਦੇ ਬਈ ਹੋਇਆ 84 ਔਰ ਇਹ ਜਿਹੜਾ ਨਾਵਲ ਹੈ ਗਵਾਚੇ ਅਰਥ ਇਹਦੇ ਵਿੱਚ ਕੀ ਹੈ ਪੰਜਾਬ ਸਮੱਸਿਆ ਆ ਲਓ ਜੀ ਗਵਾਚੇ ਅਰਥ ਦੇ ਵਿੱਚ ਪੰਜਾਬ ਸਮੱਸਿਆ ਬਾਈ ਔਰ 1985 ਦੀ ਇਹ ਗੱਲ ਹੈ ਸਿਰਫ 5 ਦਿਨਾਂ ਦੀ ਕਹਾਣੀ ਹੈ ਸਿਰਫ 5 ਦਿਨਾਂ ਦੇ ਵਿੱਚ ਉਹ ਬੰਦਾ ਜੋ ਸੋਚਦਾ ਔਰ ਉਹ 5 ਦਿਨਾਂ ਦੇ ਵਿੱਚ ਉਹ ਬਹੁਤ ਕੁਝ ਸੋਚ ਜਾਂਦਾ ਬਾਈ 5 ਦਿਨਾਂ ਦੇ ਅੰਦਰ ਉਹ ਪੂਰੀ ਸਦੀ ਨੂੰ ਉਡਾਉਂਦਾ ਉਹ ਸੋਚਦਾ ਆਪਣੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਵੇਂ ਕਈ ਵਾਰ ਜਿਵੇਂ ਕਿ ਆਪਣੇ ਵਰਗੇ ਲੋਕ ਆਪਣੇ ਪਿਓ ਦਾਦੇ ਜਾਂ ਆਪਾਂ ਖੁਦ ਵੀ ਕਹਿ ਲਈਏ ਮੇਰੀ ਜਿਵੇਂ ਉਮਰ ਹੋ ਗਈ 40 ਸਾਲ ਤਾਂ ਕਈ ਵਾਰ 2-4 ਮਿੰਟਾਂ ਦੀ ਜਿਹੜੀ ਪਿਛਲੀ ਜ਼ਿੰਦਗੀ ਹੈ ਵੀ ਕਿਵੇਂ ਮੈਂ ਪਿੰਡ ਦੇ ਵਿੱਚੋਂ ਪੜ੍ਹਿਆ ਲਿਖਿਆ ਸ਼ਹਿਰ ਆਇਆ ਇੱਥੇ ਤੱਕ ਪਹੁੰਚ ਗਿਆ ਇਹ ਜਦੋਂ ਬੰਦਾ ਇਸ ਲਈ 5 ਦਿਨ ਦੀ ਲੋੜ ਕੀ 5 ਮਿੰਟਾਂ ਵਿੱਚ ਇਹਨਾਂ ਕੁਝ ਸੋਚ ਲੈਂਦਾ ਹੈਗਾ ਤਾਂ ਅਗਲਾ ਜਿਹੜਾ ਇਹਦਾ ਨਾਵਲ ਹੈ ਗੁਆਚੇ ਅਰਥ ਅਰਥ ਹੀ ਗਵਾਚ ਗਏ ਭਾਈ ਗੁਆਚੇ ਅਰਥ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ 1999 ਇਹਦੇ ਵਿੱਚ ਹੈ ਕਿ ਸਿਰਫ ਇੱਕ ਸ਼ਬਦ ਮੈਂ ਲਿਖੂੰਗਾ ਬਸ ਪੰਜਾਬ ਸਮੱਸਿਆ ਯਾਦ ਕਰਨ ਦਾ ਇਹ ਤਰੀਕਾ ਹੁੰਦਾ ਹੈ ਬਈ ਆਪਾਂ ਇੱਕ ਸ਼ਬਦ ਤੋਂ ਪੂਰੀ ਸਟੋਰੀ ਨੂੰ ਛੋਹ ਲਈਏ ਪੂਰੀ ਸਟੋਰੀ ਤੋਂ ਆਪਾਂ ਨੂੰ ਪਤਾ ਲੱਗ ਜੇ ਬਈ ਆ ਗਵਾਚੇ ਅਰਥ ਕਿਵੇਂ ਗਵਾਚ ਗਏ ਕੀ ਸਿਸਟਮ ਬਣਿਆ ਕੀ ਕਹਾਣੀ ਹੈ ਇਹ ਨਾਵਲ ਸਤੰਬਰ 1985 ਦੇ 5 ਦਿਨਾਂ ਤੱਕ ਸੀਮਤ ਹੈ ਪਰੰਤੂ ਨਾਵਲ ਵਿਚਲੇ ਕੇਂਦਰੀ ਪਾਤਰਾਂ ਨੇ ਚੇਤਨਾ ਰਾਹੀਂ 5 ਦਿਨਾਂ ਦੇ ਛੋਟੇ ਸਮੇਂ ਨੂੰ ਸਮੁੱਚੀ 20ਵੀਂ ਸਦੀ ਤੱਕ ਫੈਲਾ ਦਿੱਤਾ ਉਹਨਾਂ ਵਿੱਚ ਵਾਪਰੀਆਂ ਸੰਪਰਦਾਇਕ ਸਿਆਸਤ ਦੀਆਂ ਅਨੇਕਾਂ ਸਥਿਤੀਆਂ ਤੱਕ ਫੈਲਿਆ ਕਿਵੇਂ ਸਿਆਸਤਦਾਨਾਂ ਨੇ ਕਿਸ ਤਰੀਕੇ ਨਾਲ ਆਪਣੇ ਫਾਇਦੇ ਲਈ ਸਭ ਕੁਝ ਕੀਤਾ ਨਾਵਲ ਵਿੱਚ ਦੰਗਿਆਂ ਕਾਰਨ ਪੈਦਾ ਹੋਏ ਕਤਲੋਗਾਰਤ ਦਾ ਜ਼ਿਕਰ ਘੱਟ ਹੈ ਜਿਹੜੇ ਦੰਗੇ ਹੋਏ ਔਰ ਦੰਗਿਆਂ ਦੇ ਕਾਰਨ ਪੈਦਾ ਹੋਏ ਕਤਲੋਗਾਰਤ ਦਾ ਜ਼ਿਕਰ ਘੱਟ ਹੈ ਜਦੋਂ ਕਿ ਕਤਲੋਗਾਰਤ ਤੋਂ ਪੈਦਾ ਹੁੰਦੀਆਂ ਦਿੱਕਤਾਂ ਦਾ ਜ਼ਿਕਰ ਵੱਧ ਹੈ ਕਤਲੋਗਾਰਤ ਹੋ ਗਿਆ ਉਹਦਾ ਜ਼ਿਕਰ ਘੱਟ ਹੈ ਪਰੰਤੂ ਕਤਲੋਗਾਰਤ ਤੋਂ ਬਾਅਦ ਜਿਹੜੀ ਸਮੱਸਿਆਵਾਂ ਪੈਦਾ ਹੋਈਆਂ ਅਰਥ ਹੀ ਗਵਾਚ ਗਏ ਉਹਨਾਂ ਦਾ ਜ਼ਿਕਰ ਵੱਧ ਹੈ ਨਾਵਲ ਵਿੱਚ ਦਰਸਾਇਆ ਗਿਆ ਆਹ ਚੀਜ਼ਾਂ ਕਿ ਉਹ ਕਿਸ ਤਰ੍ਹਾਂ ਹਿੰਦੂ ਸਿੱਖ ਦੋਸਤਾਂ ਦੇ ਜਿਹੜੇ ਹਿੰਦੂ ਸਿੱਖ ਦੋਸਤ ਸੀ ਤੇ ਆਂਢੀਆਂ ਗਵਾਂਢੀਆਂ ਦੀ ਭਾਵੁਕ ਸਾਂਝ ਸੰਵੇਦਨਸ਼ੀਲਤਾ ਰੁੱਖ ਅਖਤਿਆਰ ਕਰ ਲੈਂਦੀ ਹੈ ਬਈ ਕਿਵੇਂ ਉਹ ਆਂਢੀ ਗਵਾਂਢੀ ਇਕੱਠੇ ਰਹਿੰਦੇ ਔਰ ਕਿਵੇਂ ਇੱਕਦਮ ਹੀ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ ਜਿਹੜੇ ਉਹ ਅਰਥ ਸੀ ਉਹ ਅਰਥ ਹੀ ਗਵਾਚ ਗਏ ਜਿਸ ਦਾ ਸ਼ਿਕਾਰ ਨਾਵਲ ਦਾ ਮੁੱਖ ਪਾਤਰ ਪ੍ਰੋਫੈਸਰ ਬਲਵੀਰ ਹੁੰਦਾ ਹੈ ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੈ ਭਾਈ ਗੁਆਚੇ ਅਰਥ ਨੂੰ ਜੁਗਾਂ ਤੋਂ ਪਾਰ ਹੈ ਦੇਖੋ ਹੁਣ ਥੋੜਾ ਥੋੜਾ ਸਿਸਟਮ ਬਦਲ ਰਿਹਾ ਹੈ ਜਿਹੜੇ ਉਹ ਨਾਵਲ ਸੀ ਉਹਨਾਂ ਦੀ ਕਹਾਣੀ ਔਰ ਇਹਨਾਂ ਨਾਵਲਾਂ ਦੀ ਕਹਾਣੀ ਵਿੱਚ ਫਰਕ ਹੈ ਗੁਆਚੇ ਅਰਥ ਪੰਜਾਬ ਸਮੱਸਿਆ ਉਸ ਤੋਂ ਪਹਿਲਾਂ ਜਦੋਂ ਸਵੇਰ ਹੋਈ ਅਣਵੰਡਾ ਪੰਜਾਬ ਔਰ ਉਹ ਪੰਡਾਬ ਵੰਡਿਆ ਗਿਆ ਉਹਦੀ ਕਹਾਣੀ ਫਿਰ ਜੁਗਾਂ ਤੋਂ ਪਾਰ ਦੇ ਵਿੱਚ ਅਗਰ ਮੈਂ ਸਿਰਫ ਇੱਕ ਹੀ ਸ਼ਬਦ ਲਿਖਦਾ ਫਿਰ ਉਸਦੇ ਉੱਤੇ ਆਪਾਂ ਲੰਬੀ ਚੌੜੀ ਚਰਚਾ ਕਰੀਏ ਤਾਂ ਵਧੀਆ ਰਹੇਗਾ ਜੇ ਇੱਕ ਹੀ ਸ਼ਬਦ ਲਿਖਾ ਤਾਂ ਈਸ਼ਵਰ ਚਿੱਤਰਕਾਰ ਦੀ ਕਹਾਣੀ ਆ ਈਸ਼ਵਰ ਚਿੱਤਰਕਾਰ ਚਿੱਤਰਕਾਰ ਸੀ ਬਹੁਤ ਵੱਡਾ ਤੁਹਾਨੂੰ ਤੁਸੀਂ ਜਾਣਦੇ ਹੋਵੋਗੇ ਈਸ਼ਵਰ ਚਿੱਤਰਕਾਰ ਦੇ ਜੀਵਨੀ ਦੀ ਪੇਸ਼ਕਾਰੀ ਹੈ ਜੁਗਾਂ ਤੋਂ ਪਾਰ ਦੇ ਵਿੱਚ ਇਸ ਨਾਵਲ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਚਿੱਤਰਕਾਰ ਈਸ਼ਵਰ ਚਿੱਤਰਕਾਰ ਦੇ ਜੀਵਨ ਦਾ ਗਲਪੀਕਰਨ ਕੀਤਾ ਹੈ ਨਾਵਲ ਰਾਹੀਂ ਤਸਨੀਮ ਨੇ ਹਰਮੀਤ ਦੇ ਪਾਤਰ ਜ਼ਰੀਏ ਪੂੰਜੀਵਾਦੀ ਨਿਜ਼ਾਮ ਵਿੱਚ ਕਲਾਕਾਰ ਅਤੇ ਕਲਾ ਲਈ ਪੇਸ਼ ਚੁਣੌਤੀਆਂ ਦੀ ਬਰੀਕੀਆਂ ਨਾਲ ਪੇਸ਼ਕਾਰੀ ਕੀਤੀ ਹੈ ਕਿਉਂਕਿ ਈਸ਼ਵਰ ਚਿੱਤਰਕਾਰ ਕੀ ਸੀ ਉਹ ਖੁਦ ਇੱਕ ਚਿੱਤਰਕਾਰ ਸੀ ਕਵੀ ਸੀ ਔਰ ਇਹ ਜਿਹੜਾ ਢਾਂਚਾ ਹੁਣ ਖੜਾ ਹੋਇਆ ਉਹ ਕੀ ਹੈ ਪੂੰਜੀਵਾਦੀ ਹੈ ਇਸ ਪੂੰਜੀਵਾਦੀ ਢਾਂਚੇ ਦੇ ਅੰਦਰ ਉਸ ਕਵੀ ਨੂੰ ਕਲਾਕਾਰ ਨੂੰ ਕਲਾ ਲਈ ਜਿਹੜੀਆਂ ਚੁਣੌਤੀਆਂ ਪੇਸ਼ ਹੋਈਆਂ ਉਹਦਾ ਵਿਸ਼ਲੇਸ਼ਣ ਕੀਤਾ ਗਿਆ ਯਾਨੀ ਕਿ ਈਸ਼ਵਰ ਚਿੱਤਰਕਾਰ ਦੀ ਕਹਾਣੀ ਜੋ ਚਿੱਤਰਕਾਰ ਬਣਿਆ ਉਹ ਵੱਡਾ ਕਵੀ ਬਣਿਆ ਉਹਦੇ ਸਾਹਮਣੇ ਜੋ ਜੋ ਚੁਣੌਤੀਆਂ ਪੇਸ਼ ਹੋਈਆਂ ਉਹਨੂੰ ਉਹਦਾ ਗਲਪੀਕਰਨ ਕਰਕੇ ਦੱਸਿਆ ਗਿਆ ਹੈ ਕਿ ਚਿੱਤਰਕਾਰ ਦਾ ਮੱਧ ਸ਼੍ਰੇਣੀ ਪੈਤੜਾ ਇਹਨਾਂ ਚੁਣੌਤੀਆਂ ਨੂੰ ਫਤਿਹ ਕਰਨ ਤੋਂ ਅਸਫਲ ਰਹਿੰਦਾ ਹੈ ਜਿਸ ਦੇ ਨਤੀਜੇ ਵਜੋਂ ਉਸਦਾ ਦੁਖਾਂਤ ਲਗਾਤਾਰ ਡੂੰਘਾ ਹੁੰਦਾ ਜਾਂਦਾ ਹੈ ਗਲਪੀਕਰਨ ਕਰਤਾ ਕਿਵੇਂ ਉਹ ਸੋਚਦਾ ਵੀ ਮੈਨੂੰ ਕਿਸ ਮਿਆਰ 'ਤੇ ਹੋਣਾ ਚਾਹੀਦਾ ਸੀ ਔਰ ਮੈਂ ਉਸ ਮਿਆਰ 'ਤੇ ਪਹੁੰਚਿਆ ਕਿ ਨਹੀਂ ਪਹੁੰਚਿਆ ਇਸ ਬਾਰੇ ਲੈ ਕੇ ਜਿਹੜਾ ਹੈ ਉਹ ਹੈ
संखेप रूप, संखेप रूप चकरा पगल करिए, जुगा तो पार ईश्वर चित्रकार, जुगा तो पार ईश्वर चित्रकार। ईश्वर चित्रकार दे जीवन की पेशकारी है, उन्हें जो जीवन छंडाया, जो समस्यावां उनके सामने आईया, जो वापरिया उनकी पेशकारी है जुगा तो पार दे विच। हुण आपां गल करिए तलाश कोई सदी दी। मनोविज्ञानिक विश्लेषण है भाई इसके अंदर, अपने नाटकी जीवन नू संवित रख के पेशकारी है भाई मैटा नावल। मनोविज्ञानिक विश्लेषण विश्लेषण वाले इस नावल विच लेखक ने दस्या है कि किवें पिछली अद्धी सदी विच मनुखी सोच बदली है। बाकी बदल गई भाई, किन्नी सोच बदली है लोगों की, बहुत ज्यादा। अते किस तरह मनुखी संबंधों विच त्रेड़ा आईया ने। लेखक ने इस नावल के जरिए अपने सृजनात्मक जीवन दियां कुछ प्रमुख अते असंबंधित यादां नू एक दूजे के संवित टका के, जो यादा सीगियां उन्हों एक दूजे के संवित टका के गल्पी बिंब सिरजिया है। तलाश कोई सदीवी, कोई सदीवी तलाश कर रहा है बई। इन दे विच की है, देखो जुगा तो पार दे विच की सी ईश्वर चित्रकार, और तलाश कोई सदीवी विच की है उनकी खुद की कहानी है। तलाश कोई सदीवी खुद की कहानी नाटकी रूप पेशी है, खुद की नाटकी पेशकारी लिख देना सिर्फ। बस इन्ना ही, खुद का जीवन दे विच उन्हें अपने नाटकी जीवन नू संवित रख के पेशकारी की है। इसने नावल दे अंदर, नावल का ही मनोवैज्ञानिक विश्लेषण वह करता है भाई, क्योंकि इन्हें अपने नावलों के अंदर देखा हुए तो चेतन प्रभाव फैंटसी भी दी इस तरीके दरतियां हैं। जागृत अवस्था जो सुपने वेखते हैं आप, उन्होंने सुपन की गल् इन्हें बड़ी की। तलाश कोई सदीवी के अंदर भी उन्हें की किया, अपना जो नाटकी जीवन संवती सिमवित संवित रख के उसने मनोविश्लेषण तरीके सारा कुछ हो गया भाई। किस तरह मनुखी संबंध है जोड़े वो बदल रहे हैं, उन्होंने किस तरीका त्रेड़ा आईया ने, वो नावल के जरिए एक सृजनात्मक अवस्था है वह सिरज रहा है। इस दे विच इनू पंजाबी साहित्य रत्न अवार्ड भी मिले है भाई, 2015 के अंदर पंजाबी साहित्य रत्न अवार्ड भी मिले है। हाँ जी, गल कर रहे थे निर्मला वर्मा जी,